ਉਹ ਤਹਰਾ ਪਰ ਪੁਨ ਪੁਨ ਸੀਸਾ ਵਹਿ ਗੁਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸਮਹ ਅਮਰਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁਰਾਗ ਇਕੰਕਾਰ ਸਤਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਖੰਡ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜੰਗਲ ਦੇਸ਼ ਪ੍ਰਵੇਸ਼ ਭੇ ਸ੍ਰੀ ਸਤਗੁਰ ਹਰ ਰਾਏ ਰਾਹਕ ਕੌੜੇ ਜਿਹ ਬਸੈ ਮਿਲ ਭਰਾਤਾ ਸਮੁਦਾਏ ਜੰਗਲ ਦੇਸ਼ ਪਰਵੇਸ਼ ਪੇ ਸ੍ਰੀ ਸਤਗੁਰ ਹਰਿ ਰਾਏ ਤਨ ਤਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰੀਆਮੀ ਪੂਰਨ ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਰੂਪ ਦਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ ਗੱਜ ਕੇ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਬੜੇ ਹੀ ਪਿਆਰ ਦੇ ਨਾਲ ਆਪ ਜੀ ਆ ਕੇ ਬੈਠੇ ਹੋਏ ਹੋ ਨੌ ਤਰ੍ਹਾਂ ਦੀ ਭਗਤੀ ਹੈ ਨਵ ਤਰ੍ਹਾਂ ਦੀ ਭਗਤੀ ਵਿੱਚੋਂ ਕਿਸੇ ਇੱਕ ਤਰ੍ਹਾਂ ਦੀ ਵੀ ਕੋਈ ਭਗਤੀ ਕਰਦਾ ਹੈ ਉਹਦਾ ਪਾਰ ਉਤਾਰਾ ਹੁੰਦਾ ਹੈ ਉਹਦੇ ਵਿੱਚੋਂ ਪਹਿਲੀ ਜਿਹੜੀ ਭਗਤੀ ਹੈ ਉਹ ਇਹ ਹੈ ਕਿ ਸੰਗਤ ਵਿੱਚ ਨੇਮ ਦੇ ਨਾਲ ਜਾਣਾ ਬੜੇ ਪਿਆਰ ਨਾਲ ਹਰ ਰੋਜ਼ ਨੇਮ ਨਾਲ ਸੰਗਤ ਵਿੱਚ ਜਾਣਾ ਸਤ ਸੰਗਤ ਕਰਨੀ ਪਰਮੇਸ਼ਰ ਦੇ ਗੁਣਾਂ ਨੂੰ ਸੁਣਨਾ ਆਪਣੇ ਸਤਿਗੁਰੂ ਦੇ ਗੁਣਾਂ ਨੂੰ ਸੁਣਨਾ ਇਹ ਭਗਤੀ ਹੈ ਸੋ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਆਪਾਂ ਸਾਰੇ ਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹੋਏ ਹਾਂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਕਿਰਪਾ ਕਰਨ ਸਾਡੀਆਂ ਸੁਰਤੀਆਂ ਆਪਣੇ ਚਰਨਾਂ ਦੇ ਨਾਲ ਗਰੀਬ ਨਵਾਜ਼ੀ ਮਹਾਰਾਜ ਡੋੜਦ ਪਿਆਰ ਨਾਲ ਸਾਰੀਆਂ ਸੰਗਤਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੇ ਦਿਨ ਆਪ ਜੀ ਨੇ ਭਾਈ ਭਗਤੂ ਜੀ ਦਾ ਜੀਵਨ ਸੁਣਿਆ ਭਾਈ ਭਗਤੂ ਜੀ ਗੁਰੂ ਘਰ ਦੇ ਬਹੁਤ ਵੱਡੇ ਮਹਾਨ ਸਿੱਖ ਤੇ ਮੁਖੀ ਸਿੱਖਾਂ ਵਿੱਚ ਉਹਨਾਂ ਦਾ ਨਾਮ ਸੀ ਭਾਈ ਭਗਤੂ ਜੀ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰ राय ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸ਼ਰੀਰ ਤਿਆਗਦੇ ਹਨ ਜਦੋਂ ਉਹਨਾਂ ਨੇ ਸ਼ਰੀਰ ਤਿਆਗਿਆ ਤੇ ਉਹਨਾਂ ਦੇ ਸਰੀਰ ਨੂੰ ਰੋਗ ਲੱਗਾ ਬੜਾ ਪਿਆਨਕ ਗੁਰਸਿੱਖ ਭਾਈ ਭਗਤੂ ਜੀ ਨੂੰ ਪੁੱਛਣ ਵਾਸਤੇ ਆਏ ਪਰ ਆਵਾਜ਼ ਉਹਨਾਂ ਨੂੰ ਕੋਈ ਹੌਲੀ ਬੋਲੋ ਕਿ ਤੁਸੀਂ ਤੇ ਨਾਮ ਜਪਣ ਵਾਲੇ ਸਤ ਸੰਗ ਕਰਨ ਵਾਲੇ ਤੁਹਾਨੂੰ ਬ੍ਰਹਮ ਗਿਆਨੀ ਲੋਕ ਕਹਿੰਦੇ ਆ ਤੇ ਤੁਹਾਨੂੰ ਵੀ ਇਹੋ ਜਿਹਾ ਦੁੱਖ ਲੱਗਾ ਨਹੀਂ ਇਹ ਖੋਲਦੇ ਕੋਈ ਬੋਲ ਦਿਓ ਤੁਹਾਨੂੰ ਵੀ ਇਹੋ ਜਿਹਾ ਦੁੱਖ ਲੱਗਾ ਕੀ ਕਾਰਨ ਹੈ ਫਿਰ ਭਾਈ ਪਗਤੂ ਜੀ ਨੇ ਕਾਰਨ ਦੱਸਿਆ ਉਹ ਕਹਿੰਦੇ ਵੀ ਇਹ ਜਿਹੜਾ ਮੈਨੂੰ ਰੋਗ ਲੱਗਾ ਇਹ ਮੇਰੇ ਆਪਣੇ ਕਿਹੇ ਕਰਮਦਾਨੀਆ ਜਾ ਫਿਰ ਪੁੱਛਿਆ ਜੀ ਤੁਸੀਂ ਕਿਹਦਾ ਕਰਮ ਭੋਗੰਦੇ ਹੋ ਕਹਿਣ ਲੱਗੇ ਵੀ ਮੈਂ ਬਰਾੜਾਂ ਦੇ ਵਿੱਚ ਰਹਿਣਾ ਬਰਾੜ ਹਰ ਰੋਜ਼ ਸਾਨੂੰ ਦੁੱਧ ਚੜਾ ਕੇ ਜਾਂਦੇ ਉਹਨਾਂ ਦੀ ਕਮਾਈ ਨਹੀਂ ਸੋਧ ਹੈਗੀ ਕਹਿੰਦੇ ਮਾਈ ਨਾਂ ਸੁੱਧ ਹੋਣ ਕਰਕੇ ਉਦੋਂ ਤੁਸੀਂ ਦੁੱਧ ਛਕਦੇ ਰਹੇ ਉਹਨਾਂ ਦਾ ਪਰ ਉਹਨਾਂ ਦਾ ਲੇਖਾ ਜਿਹੜਾ ਹੈ ਨਾ ਉਹ ਸਾਨੂੰ ਦੇਣਾ ਪੈਂਦਾ ਹੈ ਇਹ ਮੈਂ ਤਾਂ ਬੇਨਤੀ ਕਰ ਰਿਹਾ ਕੱਲ ਵੀ ਕੀਤੀ ਸੀ ਅੱਜ ਫੇਰ ਕਰਨਿਆ ਜੇ ਕੋਈ ਬੰਦਾ ਰੱਬ ਦੇ ਰਸਤੇ ਤੇ ਤੁਰਨਾ ਚਾਹੁੰਦਾ ਹੈ ਇਹ ਚਾਹੁੰਦਾ ਵੀ ਮੈਂ ਪਰਮਾਤਮਾ ਦੇ ਰਸਤੇ ਤੇ ਤੁਰਾਂ ਵੀ ਤੇ ਤਰੱਕੀ ਵੀ ਕਰਾਂ ਇਹ ਸਭ ਤੋਂ ਪਹਿਲਾਂ ਘਰ ਵਿੱਚ ਜਿਹੜੀ ਕਮਾਈ ਹੈ ਉਹ ਸ਼ੁੱਧ ਲਿਓਣੀ ਸ਼ੁਰੂ ਕਰ ਦਵੇ ਜੀ। ਰਿਸ਼ਵਤ ਦੇ ਧੋਖੇ ਦੇ ਛਲ ਦੇ ਫਰੇਬ ਦੇ ਠੱਗੀ ਦੇ ਇਹੋ ਜਿਹੇ ਪੈਸੇ ਲਿਓਣੇ ਘਰ ਵਿੱਚ ਬੰਦ ਕਰ ਦਵੇ। ਜਿਸ ਘਰ ਵਿੱਚ ਰਿਸ਼ਵਤ ਤੇ ਧੋਖੇ ਦੇ ਠੱਗੀ ਦੇ ਪੈਸੇ ਹੁੰਦੇ ਆ ਉਹ ਬੰਦਾ ਕਹੇ ਮੈਂ ਰੱਬ ਨੂੰ ਮਿਲ ਜਾਵਾਂ। ਕਦੇ ਵੀ ਨਹੀਂ ਮਿਲ ਸਕਦਾ ਸਾਧ ਸੰਗਤ ਜੀ ਉਹਨਾਂ ਦਾ ਕਰਮ ਸੀਗਾ ਭਾਈ ਭਗਤੂ ਜੀ ਕਹਿੰਦੇ ਉਹ ਅਸੀਂ ਆਪਣੇ ਉੱਤੇ ਭੋਗ ਰਹੇ ਹਾਂ ਸੋ ਭਾਈ ਭਗਤੂ ਜੀ ਨੇ ਸਰੀਰ त्यागਿਆ ਜਦੋਂ ਭਾਈ ਭਗਤੂ ਜੀ ਉਹਨਾਂ ਨੇ ਸਰੀਰ त्यागਿਆ ਫਿਰ ਆਪ ਜੀ ਨੇ ਸੁਣਿਆ ਭਾਈ ਭਗਤੂ ਜੀ ਸਰੀਰ त्याਗਣ ਤੋਂ ਬਾਅਦ ਗੁਰੂ ਹਰ Rai ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਨੂ ਗੁਰੂ ਹਰ राय ਸਾਹਿਬ ਜੀ ਭਾਈ ਭਗਤੂ ਜੀ ਦੇ ਸਰੀਰ ਦੇ ਮਗਰ ਗਏ ਅੰਤਮ ਯਾਤਰਾ ਵਿੱਚ ਗਏ ਤੇ ਸਤਿਗੁਰੂ ਜੀ ਨੰਗੇ ਚਰਨ ਗਏ। ਗੁਰਸਿੱਖ ਕਹਿੰਦੇ ਮਹਾਰਾਜ ਤੁਸੀਂ ਜੋੜਾ ਪਾ ਲਓ। ਮਹਾਰਾਜ ਕਹਿੰਦੇ ਪਿਆਰਿਓ ਭਾਈ ਭਗਤੂ ਜੀ ਬਹੁਤ ਬੰਦਗੀ ਵਾਲੇ ਬੜੇ ਮਹਾਨ ਉੱਚੇ ਸੁੱਚੇ ਜੀਵਨ ਵਾਲੇ ਹਨ। ਫਿਰ ਜਦੋਂ ਭਾਈ ਭਗਤੂ ਜੀ ਦੇ ਸਰੀਰ ਦਾ ਸਸਕਾਰ ਕਰਨਾ ਗੁਰੂ ਹਰ राय ਸਾਹਿਬ ਜੀ ਨੇ ਆਪ ਲੰਬੂ ਲਾਇਆ ਜੀ। ਗੁਰੂ ਕੇ ਸਿੱਖ ਕਹਿੰਦੇ ਮਹਾਰਾਜ ਕਿਸੇ ਹੋਰ ਦੀ ਡਿਊਟੀ ਜ਼ਿੰਮੇਵਾਰੀ ਢਾ ਦਿਓ ਉੰਜ ਭਾਈ ਭਗਤੂ ਦੇ ਦੋ ਪੁੱਤਰ ਸਨ ਪਰ ਉਹ ਮਾਲਵੇ ਵਿੱਚ ਸਨ ਮਹਾਰਾਜ ਸੱਚੇ ਪਾਸ਼ਾ ਨੇ ਕਿਹਾ ਵੀ ਅਸੀਂ ਆਪ ਸਸਕਾਰ ਕਰਾਂਗੇ ਦੋ ਪੁੱਤਰ ਭਾਈ ਭਗਤੂ ਦੇ ਹੋਏ ਐ ਇੱਕ ਪੁੱਤਰ ਦਾ ਨਾਮ ਹੈ ਭਾਈ ਜੀਵਨ ਇੱਕ ਦਾ ਨਾਮ ਹੈ ਸਾਧ ਸੰਗਤ ਦੀ ਗौरा ਦੋਵੇਂ ਪੁੱਤਰ ਮਾਲਵੇ ਵਿੱਚ ਸਨ ਤੇ ਗੁਰੂ ਸਾਹਿਬ ਆਪ ਦੱਸਦੇ ਮਹਾਰਾਜ ਕਹਿੰਦੇ ਗੁਰੂ ਰਾਮਦਾਸ ਜੀ ਦੀ ਅੰਸ ਨੇ ਭਗਤੀ ਦੀ ਇਸ ਕਰਕੇ ਇਹਨਾਂ ਦੇ ਸਰੀਰ ਦਾ ਸਸਕਾਰ ਆਪਾਂ ਕਰਾਂਗੇ ਗੁਰਮੁਖ ਜਨਮ ਸੁਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪੜ ਮੱਲਿਆ ਭਾਈ ਭਗਤੂ ਜੀ ਨੇ ਸਾਰਾ ਜੀਵਨ ਸਤਿ ਵਚਨ ਕਰਕੇ ਕੱਟਿਆ ਜੀ ਸਫਲਾ ਕੀਤਾ ਜੀ ਚਾਰ ਚਾਰ ਗੁਰੂ ਸਾਹਿਬਾਂ ਦੇ ਦਰਸ਼ਨ ਭਾਈ ਭਗਤੂ ਜੀ ਨੂੰ ਆਏ ਜੀ ਭਾਈ ਭਗਤੂ ਦੀ ਦੇ ਜਨਮ ਤੋਂ ਪਹਿਲਾਂ ਹੀ ਉਹਨਾਂ ਦਾ ਨਾਮ ਆਪ ਗੁਰੂ ਰਾਮਦਾਸ ਜੀ ਨੇ ਰੱਖਿਆ ਸੀ ਗਾ ਜੀ ਮਹਾਰਾਜ ਨੇ ਕਿਹਾ ਸੀ ਬਾਬੇ ਆਦਮ ਪੁੱਤ ਹੋਏਗਾ ਭਗਤੀ ਵਾਲਾ ਪੈਦਾ ਹੋਏਗਾ ਉਹਦਾ ਨਾਮ ਭਗਤੂ ਰੱਖਣਾ ਹੈ ਨਾਮ ਗੁਰੂ ਰਾਮਦਾਸ ਜੀ ਨੇ ਰੱਖਿਆ ਗੁਰੂ ਰਾਮਦਾਸ ਜੀ ਦੇ ਵੀ ਦਰਸ਼ਨ ਕੀਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੀ ਦਰਸ਼ਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ ਤੇ ਗੁਰੂ ਹਰਰਾਏ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ ਚਾਰ ਗੁਰੂ ਸਹਿਬਾਨ ਦੇ ਖੁੱਲੇ ਦਰਸ਼ਨ ਭਾਈ ਭਗਤੂ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਜੀ ਤੇ ਜੀਵਨ ਤੇ ਸਫਲਾਈ ਆ ਦਰਸ਼ਨ ਪਰਸੇ ਆ ਗੁਰੂ ਕਾ ਜਨਮ ਮਰਨ ਦੁੱਖ ਦੁੱਖ ਜਾਏ ਗੁਰੂ ਜੀ ਦੇ ਤੇ ਦਰਸ਼ਨ ਕੀਤਿਆਂ ਜਨਮ ਤੇ ਮਰਨ ਦੇ ਦੁੱਖ ਚਲੇ ਜਾਂਦੇ ਆ ਜਿੰਨੀ ਡਿੱਠਾ ਮੇਰਾ ਸਤਿਗੁਰੂ ਭਾਉ ਕਰ ਤਿਨ ਕੇ ਸਭ ਪਾਪ ਗਵਾਈਏ ਸੋ ਕਰਤਾਰਪੁਰ ਜਲੰਧਰ ਤੋਂ ਤੁਰ ਕੇ ਮਹਾਰਾ ਨੇ ਮਾਲਵੇ ਵਿੱਚ ਜਾਣ ਦਾ ਫੁਰਨਾ ਬਣਾਇਆ ਮਾਲਵੇ ਨੂੰ ਜੰਗਲ ਦੇਸ਼ ਕਹਿੰਦੇ ਸੀਗੇ ਜੀ ਮਾਝੇ ਨੂੰ ਮਦਰ ਦੇਸ਼ ਕਹਿੰਦੇ ਰਹਿੰਦੇ ਸੀਗੇ ਉੰਜ ਮਦਰ ਦੇਸ਼ ਪੂਰੇ ਪੰਜਾਬ ਨੂੰ ਵੀ ਕਹਿੰਦੇ ਸਨ ਪਰ ਖਾਸ ਕਰਕੇ ਮਾਝੇ ਨੂੰ ਮਦਰ ਦੇਸ਼ ਵੀ ਕਹਿ ਲੈਂਦੇ ਸੀਗੇ ਮਾਲਵੇ ਨੂੰ ਜੰਗਲ ਦੇਸ਼ ਕਹਿੰਦੇ ਸੀਗੇ ਤੇ ਦੁਆਬੇ ਨੂੰ ਸ਼ੁਰੂ ਤੋਂ ਦੁਆਬਾ ਹੀ ਕਹਿੰਦੇ ਆ ਜੀ ਮਹਾਰਾਜ ਨੇ ਮਾਲਵੇ ਵਿੱਚ ਜਾਣ ਦਾ ਫੁਰਨਾ ਬਣਾਇਆ 2200 ਘੋੜ ਸਵਾਰ ਸੱਚੇ ਪਾਤਸ਼ਾਹ ਜੀ ਦੇ ਨਾਲ ਲਏ ਰਸਤੇ ਦੇ ਵਿੱਚ ਮੁਕੰਦਪੁਰਾ ਇੱਕ ਪਿੰਡ ਹੁੰਦਾ ਸਤਿਗੁਰੂ ਜੀ ਨੇ ਉੱਥੇ ਚਰਨ ਪਾਏ ਘੋੜਾ ਬੱਧਣ ਵਾਸਤੇ ਕਿਲਾ ਗੱਡਿਆ ਉਹ ਕਿਲਾ ਅੱਜ ਵੀ ਹਰਿਆ ਭਰਿਆ ਰੁੱਖ ਬਣਿਆ ਹੋਇਆ ਹੈ ਜੀ ਦਾਸ ਨੇ ਆਪ ਦਰਸ਼ਨ ਕੀਤੇ ਆ ਭਾਈ ਸੰਤੋਖ ਸਿੰਘ ਜੀ ਦੱਸਦੇ ਆ ਕਹਿੰਦੇ ਮੈਂ ਵੀ ਦਰਸ਼ਨ ਕੀਤੇ ਸੋ ਹੁਣ ਆਪਾਂ ਅੱਗੋਂ ਸਾਧ ਸੰਗਤ ਦੀ ਕਥਾ ਸੁਣਨੀ ਹੈ ਧਰੋ ਗੁਰੂ ਹਰ Rai ਸਾਹਿਬ ਜੀ ਦੇ ਚਰਨਾਂ ਦਾ ਧਿਆਨ ਜਿਹੜੀ ਅੱਜ ਵਾਲੀ ਸਾਖੀ ਹੈ ਇਹ ਬੜੇ ਧਿਆਨ ਨਾਲ ਸੰਗਤ ਜੀ ਸੁਣਨ ਵਾਲੀ ਹੈ ਬੰਦਾ ਐਵੇਂ ਹੀ ਭਲੇਖਿਆਂ ਚ ਪਿਆ ਰਹਿੰਦਾ ਇਧਰ ਉਧਰ ਨੂੰ ਮੰਨਦਾ ਰਹਿੰਦਾ ਅਕਾਲ ਪੁਰਖ ਨੂੰ ਨਹੀਂ ਮੰਨਦਾ ਜੀ ਗੁਰੂ ਘਰ ਵਿੱਚ ਅਕਾਲ ਪੁਰਖ ਦੀ ਗੱਲ ਹੈ ਗੁਰੂ ਘਰ ਵਿੱਚ ਪ੍ਰਮਾਤਮਾ ਦੀ ਗੱਲ ਹੈ ਗੁਰੂ ਘਰ ਇਹ ਦੱਸਉਂਦਾ ਹੈ ਵੀ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਹੁਣ ਜਿਹੜਾ ਅੱਜ ਆਲੀ ਸਾਖੀ ਸੁਨੇਗਾ ਉਹਨੂੰ ਬਹੁਤ ਸੋਝੀ ਮਿਲਦੀ ਹੈ ਕਿ ਦੁਨੀਆ ਦੀ ਅਸਲੀਅਤ ਕੀ ਹੈਗੀ ਅੱਜ ਬੰਦਾ ਕਿੱਧਰ ਤੁਰਿਆ ਫਿਰਦਾ ਹੈ ਬੜੇ ਪਿਆਰ ਨਾਲ ਸਾਖੀ ਸੁਣਿਓ ਮੈਂ ਕੋਸ਼ਿਸ਼ ਕਰਾਂਗਾ ਵਿਸਥਾਰ ਘਟ ਕਰੀਏ ਸਾਖੀ ਜੀ ਆਦੀ ਸੁਣਾ ਸਕਾਂ ਗੱਜ ਕੇ ਸਾਰੀ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਸਭ ਸੰਗਤ ਗੱਜ ਕੇ ਆਖੋ ਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜੰਗਲ ਦੇਸ਼ ਪਰਵੇਸ਼ ਪੇ ਸ੍ਰੀ ਸਤਗੁਰ ਹਰਿ ਰਾਏ ਸ੍ਰੀ ਸਤਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਸਤਵੇਂ ਪਾਤਸ਼ਾਹ ਮਾਲਵੇ ਦੇ ਵਿੱਚ ਪ੍ਰਵੇਸ਼ ਕੀਤਾ ਮਹਾਰਾਜ ਨੇ ਹਾਂਜੀ ਰਾਹਕ ਕਾਉੜੇ ਜੇਹ ਬਸੈ ਮਿਲ ਭਰਾਤਾ ਸਮੁੰਦਾਏ ਕਿਸਾਨਾਂ ਦੀਆਂ ਜਾਂ ਮੈਂ ਓ ਕਹਾਂ ਵੀ ਜੱਟਾਂ ਦੀਆਂ ਵੈਸੇ ਕਥਾ ਚ ਤੇ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ ਪਰ ਮੈਂ ਸਿੱਧੀ ਤੇ ਸੌਖੀ ਬੋਲੀ ਚ ਕਹਿ ਰਿਹਾ ਕਿਸਾਨਾਂ ਦੀਆਂ ਗੋਤਾਂ ਨੇ ਜੀ ਉੱਥੇ ਜਿੱਥੇ ਮਹਾਰਾਜ ਪਹੁੰਚੇ ਐ ਉੱਥੇ ਇੱਕ ਗੋਤ ਦੇ ਕਿਸਾਨ ਰਹਿੰਦੇ ਐ ਜਿਨ੍ਹਾਂ ਦਾ ਨਾਮ ਹੈ ਕੌੜੇ ਗੋਤ ਦੇ ਬੜੇ ਸੰਧੂ ਨੇ ਰੰਧਾਵੇ ਨੇ ਇਦਾਂ ਕੌੜਾ ਵੀ ਇੱਕ ਗੋਤ ਹੈ ਕੌੜੇ ਗੋਤ ਦੇ ਕਿਸਾਨ ਉੱਥੇ ਰਹਿੰਦੇ ਐ ਹਲ ਚੌਪਈ ਤਹਾਂ ਜਾਏ ਕਰ ਕੀ ਨਸ ਡੇਰੇ ਧਨ ਗਰੀਬ ਨਵਾਜ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੇ ਉਸ ਇਲਾਕੇ ਵਿੱਚ ਜਾ ਕੇ ਡੇਰਾ ਕੀਤਾ ਜਿੱਥੇ ਕੌੜੇ ਗੋਤ ਦੇ ਕਿਸਾਨ ਰਹਿੰਦੇ ਆ ਲਸ਼ਕਰ ਸੰਗ ਤੁਰੰਗ ਬਡੇਰੇ ਬੜਾ ਵੱਡਾ ਲਸ਼ਕਰ 2200 ਘੋੜ ਸਵਾਰ ਘੋੜੇ ਤੇ ਫੌਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹਨ ਹਾਂਜੀ 2000 ਦੋਏ ਸਹਿ ਰਹੇ 2200 ਭਾਵ 2200 2200 ਘੋੜੇ ਬੜੀ ਵੱਡੀ ਗਿਣਤੀ ਹੈ ਜੀ ਫਿਰ ਉਹਨੇ ਸਵਾਰ ਨਾਲ ਸਿੱਖ ਮਸੰਦ ਹਾਂਜੀ ਬਲੀ ਸ਼ਸਤਰ ਧਾਰੀ ਭਟ ਅਹੈਂ ਤੇ ਜਿਹੜੇ 2200 ਹੈ ਨਾ ਜੀ ਉਹ ਬੜੇ ਬਲੀ ਹੈ ਯੋਧੇ ਹੈ ਵੱਡੇ ਵੱਡੇ ਉੱਚੇ ਉੱਚੇ ਉਹਨਾਂ ਨੇ ਵੱਡੇ ਵੱਡੇ ਸ਼ਸਤਰ ਧਾਰਨ ਕੀਤੇ ਹੈ ਗੁਰ ਆਗਵਨ ਦੇਸ਼ ਨਰਤਾਹੂ ਸੇਵਾ ਹੇਤ ਆਏਗੇ ਪਾਹੂ ਜਦੋਂ ਮਾਲਵੇ ਦੇ ਲੋਕਾਂ ਨੇ ਸੁਣਿਆ ਵੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਹਰ Rai ਸਾਹਿਬ ਜੀ ਆਏ ਹਨ ਬਹੁਤ ਸਾਰੇ ਗੁਰੂ ਜੀ ਦੇ ਪਿਆਰ ਵਾਲੇ ਸੇਵਾ ਕਰਨ ਵਾਸਤੇ ਹਾਜ਼ਰ ਹੋ ਗਏ ਹਾਂਜੀ ਪੂਰਬ ਸ੍ਰੀ ਹਰ ਗੋਬਿੰਦ ਆਏ ਪਹਿਲਾਂ ਵੀ ਮਾਲਵੇ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਚਰਨ ਪਾਏ ਆ ਲਲਾ ਬੇਗ ਕੰਬਰ ਕਬਜਾਏ ਜਦੋਂ ਲਲਾ ਬੇਗ ਤੇ ਕੰਬਰ ਬੇਗ ਨੂੰ ਮਾਰਿਆ ਸੀਗਾ ਜੀ ਕਾਬਲ ਦਾ ਸੂਬੇਦਾਰ ਲਲਾ ਬੇਗ 35000 ਦੀ ਫੌਜ ਲੈ ਕੇ ਸਤਗੁਰਾਂ ਉੱਤੇ ਚੜ੍ਹਾਈ ਕਰਕੇ ਆਇਆ ਸੀਗਾ 35000 ਹੀ ਨਹੀਂ ਸੀ ਲੱਭਿਆ ਜੀ ਲਲਾ ਬੇਗ ਤੇ ਕਾਬਲ ਬੇਗ ਕੰਬਰ ਬੇਗ ਤੇ ਕਾਸਮ ਬੇਗ ਬੜਾ ਵੱਡਾ ਜੰਗ ਕੀਤਾ ਸੀਗਾ ਮਹਾਰਾਜ ਜੀ ਅਬ ਮੇਲਾ ਇਕ ਲੱਗਿਓ ਬਡੇਰਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਸੀ ਨਾ ਜੀ ਉਦੋਂ ਇੱਕ ਮੇਲਾ ਲੱਗਾ ਸੀਗਾ ਇੱਥੇ ਜੀ ਪੁਰਾਣੇ ਪਿੰਡਾਂ ਵਿੱਚ ਮੇਲੇ ਲਾਉਂਦੇ ਲੋਕੀ ਵੱਡੇ-ਵਡੇਰਿਆਂ ਦੇ ਆਪਣੇ ਸ੍ਰੀ ਗੁਰਗੰਮੀ ਹਤੋ ਅਖੇਰਾ ਮਹਾਰਾਜ ਗਰੀਬ ਨਿਵਾਜ ਗੁਰੂ ਹਰਗੋਬਿੰਦ ਸਾਹਿਬ ਇਹ ਪੁਰਾਣੀ ਕਥਾ ਸ਼ੁਰੂ ਹੋ ਗਈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਉਸ ਇਲਾਕੇ 'ਚ ਸ਼ਿਕਾਰ ਕਰ ਰਹੇ ਸੀਗੇ ਜੀ ਉਦੋਂ ਸੁੰਤ ਕੁਲਾਹਲ ਤਿਤ ਦਿਸ਼ ਆਏ ਮਹਾਰਾਜ ਨੂੰ ਪਤਾ ਲੱਗਾ ਵੀ ਬੜੇ ਲੋਕ ਇਕੱਠੇ ਹੋਏ ਆ ਬੜਾ ਮੇਲਾ ਭਰਿਆ ਗੁਰੂ ਜੀ ਸਹਿਦ ਸਭਾ ਛੇਵੇਂ ਪਾਤਸ਼ਾਹ ਸਾਢੇ ਸੱਤ ਫੁੱਟ ਉੱਚਾ ਕੱਦ ਬਹੁਤ ਸੋਹਣਾ ਸੁੰਦਰ ਸਰੂਪ ਤੇ ਸ਼ਸਤਰਧਾਰੀ ਗੁਰੂ ਜੀ ਮਹਾਰਾਜ ਉਸ ਮੇਲੇ ਵਿੱਚ ਆ ਗਏ ਦੀ ਹਿਤ ਦਰਸ਼ਨ ਕੇ ਨਰ ਉਮੜਾਏ ਪਲੰਗਾ ਗੁਰੂ ਦੇ ਸਿੱਖ ਨਾਲ ਹੀ ਰੱਖਦੇ ਹੁੰਦੇ ਸੀਗੇ ਜੀ ਮਹਾਰਾਜ ਦਾ ਪਲੰਗਾ ਡਾਇਆ ਮਹਾਰਾਜ ਸੱਤੇ ਪਾਸ਼ਾ ਬੈਠ ਗਏ ਮੇਲੇ ਦੇ ਲੋਕ ਬਹੁਤ ਸਾਰੇ ਜਿਹੜੇ ਮੇਲੇ 'ਚ ਆਏ ਸੀ ਨਾਂਜੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਇਕੱਠੇ ਹੋ ਗਏ ਜੀ ਉੱਥੇ ਸਾਰੇ ਹੱਥ ਜੋਰ ਬੰਦਨ ਬਹੁ ਕਰੇ ਹੱਥ ਜੋੜਨ ਨਮਸਕਾਰਾਂ ਕਰਨ ਗੁਰੂ ਜੀ ਨੂੰ ਸ਼ਸਤਰ ਸਹਿਤ ਪਿਖ ਆਨੰਦ ਧਰੇ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਰੂਪ ਐ ਛੇਵੇਂ ਪਾਸ਼ਾ ਜਿਨ੍ਹਾਂ ਨੇ ਇਸ ਤਰੀਕੇ ਨਾਲ ਸ਼ਸਤਰ ਧਾਰਨ ਕੀਤੇ ਸੋ ਮੇਰੀ ਪੀਰੀ ਸਜਾਈ ਕਲਗੀ ਸਜਾਈ ਲੋਕ ਮਹਾਰਾਜ ਦੇ ਦਰਸ਼ਨ ਕਰਨ ਤੇ ਬਹੁਤ ਖੁਸ਼ ਹੋਣ ਜੀ ਸਭ ਇਹ ਕੌੜੇ ਰਾਹਕ ਬ੍ਰਿੰਦ ਉਦੋਂ ਫਿਰ ਕੌੜੇ ਰਾਹਕ ਕੌੜੇ ਕਿਸਾਨ ਕੌੜੇ ਗੋਤ ਵਾਲੇ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ ਜੀ ਕਰ ਹੈ ਮਾਲਕੀ ਵਧ ਬਲੰਦ ਉਹਨਾਂ ਦੀ ਮਾਲਕੀ ਸੀਗੀ ਜੀ ਆਖੋ ਵਾਹਿਗੁਰੂ ਵਾਹਿਗੁਰੂ ਮਾਲਕੀ ਸੀਗੀ ਜੀ ਜ਼ਮੀਨ ਦੇ ਉੱਤੇ ਜੇ ਜਿਹੜੀ ਮਾਲਕੀ ਹੋਵੇ ਨਾ ਜੀ ਉਹਦੀ ਕਿੱਲੀ ਔਰ ਧੌਣ ਚ ਕਿੱਲੀ ਠੁੱਕੀ ਹੁੰਦੀ ਹੈ ਜੀ ਛੇਤੀ ਨਹੀਂ ਉਹ ਨਿਉਂਦਾ ਜੀ ਉਹ ਬਹੁਤ ਆਕੜ ਵਾਲਾ ਹੰਕਾਰ ਵਾਲਾ ਹੁੰਦਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਧਨ hoomka ਜੋ ਕਰੈ ਗੁਮਾਨ ਸੋ ਮੂਰਖ ਅੰਦਾ ਅਗਿਆਨ ਅੰਦਾ ਅਗਿਆਨ ਮਾਇਆ ਦਾ ਮਾਣ ਭੂਮੀ ਦਾ ਮਾਣ ਕਰਨਾ ਜੀ ਹਾਂਜੀ ਕੁੱਲ ਕੇ ਭਰਾਤ ਮਿਲੈ ਸਮੁਦਾਇ ਸਾਰੇ ਕੌੜੇ ਗੋਤ ਦੇ ਕਿਸਾਨ ਇਕੱਠੇ ਹੋ ਕੇ ਸਭ ਪਰ ਆਪਣੋ ਹੁਕਮ ਚਲਾਏ ਉਹ ਮਹਾਰਾਜ ਜੀ ਦੇ ਕੋਲ ਆ ਰਹੇ ਆ ਤੇ ਉਹਨਾਂ ਦਾ ਸਾਰੇ ਇਲਾਕੇ ਚ ਹੁਕਮ ਚੱਲਦਾ ਸੀਗਾ ਜੀ ਹਾਂਜੀ ਮੇਲੇ ਬਖੈ ਓਜ ਦਿਖਰਾਵਤ ਤੇ ਜਦੋਂ ਮੇਲਾ ਲੱਗਦਾ ਸੀ ਉਦੋਂ ਤੇ ਵਿਸ਼ੇਸ਼ ਉਹਨਾਂ ਨੂੰ ਮੌਕਾ ਮਿਲਦਾ ਸੀ ਤਾਕਤ ਵਿਖਾਉਣ ਦਾ ਜੀ ਲੋਕਾਂ ਨੂੰ ਦੱਸਦੇ ਸੀ ਵੀ ਅਸੀਂ ਭਰਾ ਸਾਰੇ ਇਕੱਠੇ ਆ ਸਾਡੇ ਵਿੱਚ ਬੜੀ ਸ਼ਕਤੀ ਹੈ ਸਾਡੀ ਬੜੀ ਤਾਕਤ ਹੈ ਨਿਜ ਮਰਜ਼ੀ ਅਨੁਸਾਰ ਚਲਾਵਤ ਤੇ ਲੋਕਾਂ ਨੂੰ ਦਬਕੇ ਮਾਰ ਕੇ ਆਪਣੀ ਮਰਜ਼ੀ ਅਨੁਸਾਰ ਚਲਾਉਂਦੇ ਸੀਗੇ ਜੀ ਜਿਹੜੇ ਕੌੜੇ ਗੋਤ ਦੇ ਕਿਸਾਨ ਸੀਗੇ ਆਪਣੀ ਮਰਜ਼ੀ ਕਰਦੇ ਸਨ ਜੀ ਸੇ ਪੀ ਲਖ ਕਰੜ ਗੁਰ ਢਿਗ ਆਏ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਛੇਵੇਂ ਪਾਤਸ਼ਾਹ ਆਏ ਆ ਉਹ ਵੀ ਮਹਾਰਾਜ ਦੇ ਚਰਨਾਂ 'ਚ ਆ ਕੇ ਹਾਜ਼ਰ ਹੋਏ ਹੱਥ ਜੋੜ ਸਭ ਸੀਸ ਨਿਵਾਏ ਹੱਥ ਜੋੜਿਆ ਹੱਥ ਜੋੜੇ ਮੱਥਾ ਟੇਕਿਆ ਸਾਰਿਆਂ ਨੇ ਹਿਤ ਦਰਸ਼ਨ ਕੇ ਖਰੇ ਅਗਾਰੀ ਦਰਸ਼ਨ ਕਰਨ ਵਾਸਤੇ ਸਾਹਮਣੇ ਖਲੋਗੇ ਬੜੀ ਭੀੜ ਲੱਗ ਗਈ ਬਹੁਤ ਲੋਕ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਆਉਣ ਲੱਗੇ ਉਤੇ ਬ੍ਰਿੰਦ ਅਰ ਆਯੁੱਧਧਾਰੀ ਮਹਾਰਾਜ ਨਾਲ ਫੌਜਾਂ ਵੀ ਸਨ ਦੀ ਸਾਰਿਆਂ ਨੇ ਸ਼ਸਤਰ ਸਜਾਏ ਲੈਸ ਹੋਏ ਪੂਰੇ ਹਥਿਆਰਾਂ ਨਾਲ ਤਿੰਨ ਕੀ ਦਿਸ਼ਾ ਬਿ ਲੋਕ ਗੋਸਾਈ ਜਿਹੜੇ ਸਾਹਮਣੇ ਕੌੜੇ ਗੋਤ ਵਾਲੇ ਆ ਕੇ ਖਲੋਤੇ ਸੀ ਨਾਂਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿਣ ਲੱਗੇ ਜੋ ਸਮੁੰਦਾਏ ਖਰੇ ਅਗਵਾਈ ਕਿਸ ਕੋ ਇਸ ਥਲ ਮੈਂ ਲੱਗ ਮੇਲਾ ਮਹਾਰਾਜ ਕਹਿੰਦੇ ਭਾਈ ਮੇਲਾ ਕਿਦਾਂ ਲੱਗਾ ਬੜਾ ਵੱਡਾ ਮੇਲਾ ਲਾਇਆ ਕਿਦਾਂ ਮੇਲਾ ਲਾਇਆ ਚ ਇੱਥੇ ਇਸ ਕਾਰਨ ਤੇ ਭਇਓ ਸਕੇਲਾ ਜਾਂ ਕੋਈ ਹੋਰ ਕਾਰਨ ਕੀ ਕਾਰਨ ਇੰਨੀ ਦੁਨੀਆ ਇੱਥੇ ਇਕੱਠੀ ਹੋਈ ਹੈ ਸੁਣ ਕਰ ਬੋਲੇ ਰਾਹਕ ਕੌਰੀ ਤੇ ਕੌੜੇ ਰਾਹਕ ਭਾਵ ਕੌੜੇ ਗੋਤ ਦੇ ਕਿਸਾਨ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ ਹਮਰੋ ਵੱਡੋ ਭਇਓ ਇਸ ਠੌਰੇ ਸੱਚੇ ਪਾਤਸ਼ਾਹ ਸਾਡਾ ਵੱਡਾ ਵਡੇਰਾ ਇੱਥੇ ਹੋਇਆ ਮਹਾਰਾਜ ਆਖੋ ਵਾਹਿਗੁਰੂ ਵਾਹਿ ਇਹ ਵੱਡੇ ਵੱਡੇ ਰੇ ਹੀ ਲੈ ਪੈਂਦੇ ਹੁੰਦੇ ਚ ਮੈਨੂੰ ਮਾਫ ਕਰਿਓ ਜਿੰਨ ਜਿਹੜੇ ਪੂਜਾ ਕਰਾਉਣ ਲੱਗ ਪੈਂਦੇ ਵੱਡੇ ਵੱਡੇਰੇ ਗੁਰੂ ਗ੍ਰੰਥ ਸਾਹਿਬ ਹੀ ਨੇ ਵੱਡਾ ਵੱਡੇਰਾ ਪਰਮੇਸ਼ਰ ਹੀ ਆ ਹਰ ਜੇਠ ਜੁੜੰਦਾ ਲੋੜੀਆ ਜਿਸ ਅੱਗੇ ਸਭ ਨਿਵਾਨਾ ਮਾਰਾ ਸਾਡਾ ਵੱਡਾ ਵੱਡੇਰਾ ਆ ਇਸ ਜਗ੍ਹਾ ਦੇ ਉੱਤੇ ਬਰਕਤਵੰਦ ਪ੍ਰਤਾਪ ਵਿਸਾਲਾ ਵੱਡਾ ਬਰਕਤ ਵਾਲਾ ਬੜੇ ਪ੍ਰਤਾਪ ਵਾਲਾ ਮਹਾਰਾਜੋ ਚਿਤ ਵਾਂਸ਼ਤ ਕੋ ਦੇ ਸਭ ਕਾਲਾ ਇੱਥੇ ਅਸੀਂ ਮੇਲਾ ਲਾਉਨੇ ਸਾਲ ਚ ਇੱਕ ਵਰੀ ਜੋ ਮੰਗੀਏ ਉਹ ਸਾਨੂੰ ਮਿਲਦਾ ਹਾਂ ਜਿਸ ਕੋ ਇਹ ਮੇਲਾ ਲੱਗ ਭਾਰੀ ਇਹ ਅਸੀਂ ਆਪਣੇ ਵਡੇਰੇ ਦਾ ਮੇਲਾ ਲਾਇਆ ਆ ਆਪਣੇ ਮਾਝੇ ਵਿੱਚ ਵੀ ਵਿੱਚ ਵਿੱਚ ਆ ਗਿਆ ਦੁਆਬੇ ਵਿੱਚ ਜਾਈਏ ਬੜਿਆਂ ਨੇ ਜਠੇਰੇ ਬਣਾਏ ਆ ਜੀ ਸਾਲ ਵਿੱਚ ਫਿਰ ਜਠੇਰੇ ਦਾ ਉੱਥੇ ਮੇਲਾ ਕਰਦੇ ਜੀ ਉਹਦੀ ਪੂਜਾ ਕਰਦੇ ਆ ਜੀ ਹਾਂਜੀ ਮਿਲੈ ਆਨ ਕਰ ਜੋ ਨਰ ਨਾਰੀ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਮਹਾਰਾਜ ਇੱਥੇ ਜਿਹੜਾ ਵੀ ਬੰਦਾ ਆ ਕੇ ਮਿਲਦਾ ਨਾ ਇੱਥੇ ਆ ਕੇ ਜਿਹੜਾ ਝੁੱਕਦਾ ਸਭ ਕੀ ਅਰਜ਼ ਸੁਣੈ ਅਰ ਦੇਤ ਉਹ ਫਿਰ ਸਾਡਾ ਵਡੇਰਾ ਸਾਰਿਆਂ ਦੀਆਂ ਮੰਗਾਂ ਸੁਣ ਕੇ ਪੂਰੀਆਂ ਕਰ ਦਿੰਦਾ ਹਾਂ ਜੀ ਨਰ ਤੇ ਆਪਣਾ ਉਪਾਏਨ ਲੇਤ ਤੇ ਮਨੁੱਖਾਂ ਕੋਲੋਂ ਉਪਹਾਰ ਵੀ ਲੈਂਦਾ ਹਾਂ ਜੀ 임 ਜਦ ਬੋਲੇ ਸਹਿਤ ਬਡਾਈ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਨਾ ਆਪਣੇ ਬਢੇਰੇ ਦੀਆਂ ਸਿਫਤਾਂ ਕੀਤੀਆਂ ਵੀ ਸਾਡਾ ਬਢੇਰਾ ਤੇ ਮੰਗਾਂ ਪੂਰੀਆਂ ਕਰ ਦਿੰਦਾ ਸਾਰਿਆਂ ਦੀਆਂ ਸ਼੍ਰੀ ਮੁਖ ਤੇ ਮੁਸਕਾਏ ਗੁਸਾਈ ਤੇ ਅੰਤਰਜਾਮੀ ਗੁਰੂ ਹਰਗੋਬਿੰਦ ਸਾਹਿਬ ਜਾਣਦੇ ਆ ਵੀ ਇਹਨਾਂ ਦਾ ਵਡੇਰਾ ਕਿੱਥੇ ਬੈਠਾ ਐ ਇਸ ਸਮੇਂ ਮਹਾਰਾਜ ਉਹਨਾਂ ਦੀ ਗੱਲ ਸੁਣ ਕੇ ਤੇ ਮੁਸਕਰਾ ਪਏ ਹਾਂਜੀ ਬੂਜੇ ਬਹਰ ਕਹਾ ਅਬ ਸੋਈ ਜਿਸ ਤੇ ਵਾਂਛਤ ਲੀ ਸਭ ਕੋਈ ਮੁਸਕਰਾ ਕੇ ਕਹਿਣ ਲੱਗੇ ਮਹਾਰਾਜ ਕਹਿੰਦੇ ਕਿੱਥੇ ਐ ਵਡੇਰਾ ਬੈਠਾ ਟਾਟਾ ਜਿਹੜਾ ਮੂੰਹ ਮੰਗੀਆਂ ਮੁਰਾਦਾਂ ਦੇਂਦਿਆ ਉਹ ਹੈ ਕਿੱਥੇ ਬੈਠਾ ਕਿੱਥੇ ਬੈਠਿਓ ਸੋ ਵੱਡੋ ਤੁਮਾਰਾ ਭਾਈ ਤੁਹਾਡਾ ਵਡੇਰਾ ਬੈਠਾ ਕਿੱਥੇ ਆ ਇੱਥੇ ਲੇਤ ਸਬਨ ਤੇ ਜਥਾ ਉਚਾਰਾ ਤੁਸੀਂ ਕਹਿੰਦੇ ਉਹ ਪੇਟਾ ਮਾਂ ਵੀ ਲੈਂਦਾ ਤੇ ਕਿੱਥੇ ਆ ਉਹ ਹਾਂ ਸੁਨ ਰਾਹਕ ਕੌਰੇ ਪੁਰਨ ਕਹੈਂ ਉਹ ਸਮਝ ਗਏ ਦੀ ਕਿ ਮਹਾਰਾਜ ਨੇ ਤਰਕ ਕੀਤੀ ਹੈ ਉਹ ਕਿਸਾਨ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਸਭ ਮੇਲੇ ਮਹਪੂਰਨ ਅਹ ਕਹਿੰਦੇ ਜੀ ਮਹਾਰਾਜ ਆ ਵੇਖੋ ਸਾਰੇ ਮੇਲੇ ਚ ਉਹ ਵਸੰਦਿਆ ਸਾਡਾ ਵਡੇਰਾ ਹੀ ਵਸੰਦਿਆ ਜਹ ਕਹ ਸਭਨ ਕਾਮਨਾ ਦੇਤ ਪੁੱਛ ਲੋ ਇੱਥੇ ਕਿੰਨਿਆਂ ਦੀਆਂ ਮੰਗਾਂ ਪੂਰੀਆਂ ਹੋ ਰਹੀਆਂ ਅਸਲ ਵਿੱਚ ਜਿੱਥੇ ਬੈ ਕੇ ਕੋਈ ਥੋੜਾ ਵੀ ਰੱਬ ਰੱਬ ਕਰਦਾ ਨਾ ਜੀ ਉਹ ਮੰਗਾਂ ਆਪੇ ਪੂਰੀਆਂ ਹੋਣ ਲੱਗ ਪੈਂਦੀਆਂ ਜੀ ਉੱਥੇ ਜਿੱਥੇ ਬੈ ਕੇ ਕੋਈ ਥੋੜਾ ਵੀ ਰੱਬ ਰੱਬ ਕਰਦਾ ਇਹ ਜਦੋਂ ਮੇਲਾ ਲਾਉਂਦੇ ਉਦੋਂ ਵੀ ਤੇ ਰੱਬ ਦਾ ਨਾਮ ਜਪਦੇ ਹੀ ਹੈ ਪਰ ਟੇਕ ਗਲਤ ਰੱਖ ਲਈ ਜੀ ਟੇਕ ਰੱਖ ਲਈ ਆਪਣੇ ਵੱਡੇ ਵੱਡੇਰੇ ਦੇ ਉੱਤੇ ਦੀ ਹਾਂਜੀ ਇਸ ਹਿੱਤ ਬੰਦਤ ਸੋ ਨਿਜ ਦੇਤ ਹਾਂਜੀ ਨਿਜ ਪ੍ਰਭਾਵ ਤੇ ਰਹੇ ਉਸ ਮਾਏ ਮਾਨਵ ਮਿਲੈ ਅਧਿਕ ਗੁਣ ਗਾਏ ਸੱਚੇ ਪਾਸ਼ਾ ਵੇਖੋ ਕਿੰਨੇ ਲੋਕ ਇਕੱਠੇ ਹੋ ਇਹਨਾਂ ਦੇ ਵਿੱਚ ਹੀ ਹੈ ਸਾਡਾ ਵੱਡਾ ਵਡੇਰਾ ਜਿਵੇਂ ਉਹ ਰੱਬ ਹੁੰਦਾ ਜੀ ਕਹਿੰਦੇ ਵੇਚੀ ਆ ਮਹਾਰਾਜ ਆ ਪੇਟਾਵਾ ਆ ਲੋਕ ਚੌਲ ਵੰਡੰਦੇ ਆ ਇਹ ਸਾਰੇ ਲੋਕਾਂ ਚ ਵੱਸ ਕੇ ਉਹੋ ਹੀ ਛੱਕ ਰਿਆ ਮਹਾਰਾਜ ਅੰਤ ਸ੍ਰੀ ਹਰਿ ਗੋਬਿੰਦ ਚਤੁਰ ਸੁਜਾਨਾ ਗਨ ਰਾਹਕ ਕੋ ਮੂਰਖ ਜਾਨਾ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ ਮਾਰਾ ਨੇ ਵੇਖਿਆ ਵੀ ਇਹ ਕਮਲਾ ਹੈਗਾ ਵਿਚਾਰਾ ਇਹਨੂੰ ਪਤਾ ਕੁਛ ਨਹੀਂ ਹੈਗਾ ਹਾਂਜੀ ਤਿੰਨ ਮਹ ਨਰ ਜੋ ਨਰ ਪ੍ਰਧਾਨਾ ਮਹਾਰਾਜ ਕਹਿੰਦੇ ਸਿਆਣਾ ਬੰਦਾ ਲੈ ਕੇ ਆਓ ਕੋਈ ਜਿਹਦੇ ਤੇ ਤੁਹਾਨੂੰ ਪ੍ਰਸਾਉ ਵੇ ਸਾਰਿਆਂ ਨੂੰ ਅਗਰ ਖਰੋ ਪਿਖ ਬਾਕ ਬਖਾਨਾ ਉਹ ਅੱਗੇ ਆ ਗਿਆ ਜੀ ਸਿਆਣਾ ਸਭ ਤੋਂ ਵੱਡਾ ਮਹਾਰਾਜ ਨੇ ਉਹਨੂੰ ਸਾਹਮਣੇ ਖਿਲਾੜ ਕੇ ਕਿਹਾ ਮੂੰਦ ਬਿਲੋਚਨ ਰਦੇ ਜਨਾਵੈ ਮਹਾਰਾਜ ਕਹਿੰਦੇ ਜੇ ਆਖੋ ਤੇ ਤੁਹਾਡਾ ਬਡੇਰਾ ਇਸ ਸਮੇ ਕਿੱਥੇ ਵਿਖਾ ਦਈਏ ਕਹਿੰਦੇ ਮਹਾਰਾਜ ਉਹ ਵਿਖਾ ਦਿਓ ਸੱਚੇ ਪਾਤਸ਼ਾਹ ਕਹਿੰਦੇ ਫਿਰ ਅੱਖਾਂ ਬੰਦ ਕਰ ਤੇ ਨੂੰ ਵਿਖਾ ਦਿੰਨੇ ਆਬ ਹੈ ਤਾਹੇ ਕੋ ਤੋਹੇ ਦਿਖਾਵੇ ਓ ਇਸ ਸਮੇ ਕਿੱਥੇ ਬੈਠਾ ਵਿਚਾਰਾ ਤੁਹਾਨੂੰ ਦੱਸ ਦਿੰਨੇ ਆ ਦੇਖ ਲੀਜੀਏ ਆਪਣਾ ਵਡੇਰਾ ਜਿਹਨੂੰ ਤੁਸੀਂ ਵਡੇਰਾ ਕਹਿ ਰਹੇ ਹੋ ਨਾ ਆਪਣਾ ਵਡੇਰਾ ਵੇਖ ਲਓ ਜੋ ਮੇਲੇ ਮਹਿਰਮਿਓ ਜਠੇੜਾ ਜਿਹਨੂੰ ਤੁਸੀਂ ਜਠੇੜਾ ਕਹਿੰਦੇ ਆ ਜਿਹੜਾ ਕਹਿੰਦੇ ਮੇਲੇ 'ਚ ਰਮਿਆ ਪਿਆ ਸਾਰੇ ਮੇਲੇ 'ਚ ਉਹੋ ਹੀ ਵਸਣਦਿਆ ਮਾਨ ਬੈਨ ਕੋ ਮੁੰਦੇ ਨੈਨ ਉਹਨੇ ਫਿਰ ਸਾਧ ਸੰਗਤ ਜੀ ਬਚਨ ਮੰਨ ਕੇ ਅੱਖਾਂ ਬੰਦ ਕੀਤੀਆਂ ਜੀ ਛਟੀ ਜੋ ਕਰਮ ਹੈ ਕਰੁਣਾ ਐਨ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਇੱਕ ਛੜੀ ਸੀਗੀ ਜੀ ਉਹ ਛੜੀ ਸਤਗੁਰਾਂ ਨੇ ਉਰੇ ਸਿਰ ਤੇ ਰੱਖੀ ਜਬ ਤਿਸਕੇ ਸਿਰ ਧਾਰਨ ਕਰੀ ਜਦੋਂ ਉਹਦੇ ਸਿਰ ਤੇ ਉਹ ਛੜੀ ਰੱਖੇ ਆਪਣ ਵੱਡੇ ਕੀ ਸੋਜੀ ਪਰੀ ਆਖੋ ਵਾਹਿਗੁਰੂ ਸੁਹਾਗੇ ਗੁਰਾਂ ਦੀ ਛੜੀ ਹੈ ਇਹ ਤੇ ਗੁੰਗੇ ਬੋਲਣ ਲਾ ਦਿੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੀ ਕਿਰਪਾ ਹੋਈ ਉਹਨੂੰ ਬੰਦ ਅੱਖਾਂ ਦੇ ਵਿੱਚ ਵਡੇਰਾ ਜਿੱਥੇ ਬੈਠਾ ਨਾ ਜੀ ਉਹ ਦ੍ਰਿਸ਼ ਵਿਖਣ ਲੱਗ ਪਿਆ ਜੀ ਹਾਂਜੀ ਅਨੇਕ ਜਨਮ ਧਰ ਧਰ ਮਰ ਗਾਇਓ ਉਹਨੇ ਵੇਖਿਆ ਵੀ ਜਿਹੜਾ ਵਡੇਰਾ ਜਿਹਦੇ ਤੇ ਸਾਡੀ ਬੜੀ ਸ਼ਰਦਾ ਉਹਨੂੰ ਉਹਦੇ ਬੜੇ ਜਨਮ ਵਿਖੇ ਜੀ ਕਦੇ ਉਹਨੇ ਕੋਈ ਜਨਮ ਲਿਆ ਫਿਰ ਮਰ ਗਿਆ ਫਿਰ ਕੋਈ ਜਨਮ ਲਿਆ ਫਿਰ ਮਰ ਗਿਆ ਫਿਰ ਕੋਈ ਜਨਮ ਲਿਆ ਫਿਰ ਮਰ ਗਿਆ ਜੀ ਅਬ ਤਨ ਕਾਕ ਪਹਾੜੀ ਭਇਓ ਤੇ ਇਸ ਸਮੇਂ ਪਹਾੜੀ ਕਾਂ ਬਣ ਕੇ ਇੱਕ ਪਹਾੜ ਉੱਤੇ ਬੈਠਾ ਹੈ ਜੀ ਉਹ ਜੀ ਜਿਹੜਾ ਪਹਾੜੀ ਕਾਂ ਹੁੰਦਾ ਨਾ ਜੀ ਉਹਦੀ ਜ਼ਿਆਦੀ ਕਾਂ ਕਾਂ ਮਾੜੀ ਹੁੰਦੀ ਹੈ ਜੀ ਪਹਾੜੀ ਕਾਂ ਬਣ ਕੇ ਇੱਕ ਪਹਾੜੀ ਦੇ ਉੱਤੇ ਬੈਠਾ ਆਇਆ ਜੀ ਉਹ ਇੱਕ ਉੱਚੀ ਰੌਰੀ ਪਰ ਸੋਏ ਇੱਕ ਉੱਚੀ ਰੋੜੀ ਉੱਤੇ ਚੋਟੀ ਦੇ ਉੱਤੇ ਬੈਠਾ ਰਹੇ ਉਹ ਬੈਠ ਸੁਧ ਜਹਾਂ ਨਾ ਕੋਈ ਤੇ ਉਸ ਕਾਂ ਨੂੰ ਕੋਈ ਸੋਝੀ ਨਹੀਂ ਹੈਗੀ ਕਿ ਮੇਰਾ ਪਹਿਲਾ ਜਨਮ ਕਿੱਥੋਂ ਦਾ ਹੈ ਹਾਂਜੀ ਅਬ ਐਸੀ ਸੁਧ ੳਰ ਹੋਏ ਆਈ ਪੁੰਨ ਭੂਜਨ ਕੀ ਨਸ ਗੋਸਾਈ ਜਦੋਂ ਨੇ ਵੇਖਿਆ ਵੀ ਸਾਡਾ ਵਡੇਰਾ ਤੇ ਕਾਂ ਬਣ ਕੇ ਬੈਠਾ ਉਸੇ ਵੇਲੇ ਡਰਦਿਆਂ ਅੱਖਾਂ ਖੋਲੀਆਂ ਤੇ ਅੱਖਾਂ ਖੋਲ ਕੇ ਸਾਧ ਸੰਗਤ ਦੀ ਮਹਾਰਾਜ ਵੱਲ ਵੇਖਿਆ ਜੀ ਉਹਨੇ ਹਾਂਜੀ ਕਾਹੋ ਅਬ ਕਿਸ ਥਲ ਤੋਹੇ ਬਡੇਰੋ ਮਹਾਰਾਜ ਕਹਿੰਦੇ ਦੱਸ ਕਿੱਥੇ ਤੁਹਾਡਾ ਵਡੇਰਾ ਸਭਨ ਸੁਣਾਓ ਜਥਾ ਵਿਦਹਿਰੋ ਸਾਰਿਆਂ ਨੂੰ ਦਸੀ ਮਹਾਰਾਜ ਕਹਿੰਦੇ ਜੋ ਤੂੰ ਦੇਖਿਆ ਸਾਰਿਆਂ ਨੂੰ ਦਸੀ ਸੁਣ ਸਤਿਗੁਰ ਤੇ ਤਾਹੇ ਬਤਾਇਓ ਸੁਣ ਕੇ ਉਹਨੇ ਫਿਰ ਮਹਾਰਾਜ ਤੋਂ ਸੁਣ ਕੇ ਸਾਰੇ ਆਪਣੇ ਨਾਲ ਦੇ ਕਿਸਾਨ ਵੀਰਾਂ ਨੂੰ ਦੱਸਿਆ ਹਮਰੇ ਬੜੇ ਕਾਕ ਤਨ ਪਾਇਓ ਆਖੋ ਵਾਹਿਗੁਰੂ ਵਾਹਿਗੁਰੂ ਕਹਿੰਦਾ ਪਿਆਰਿਓ ਜਿਹਨੂੰ ਆਪਾਂ ਬਹੁਤ ਵੱਡਾ ਗੁਰੂ ਪੀਰ ਮੰਨ ਕੇ ਪੂਜਾ ਕਰਨੇ ਹਨ ਨਾ ਉਹ ਤੇਥੇ ਸਮੇਂ ਕਾਂ ਬਣ ਕੇ ਬੈਠਾ ਜੇ ਬਸ ਬਹੁਤ ਸਾਰੇ ਲੋਕ ਇਹੋ ਕੋਈ ਰੁੱਖ ਨੂੰ ਮੱਥਾ ਟੇਕੀ ਜਾਂਦਾ ਕੋਈ ਸੂਰਜ ਨੂੰ ਟੇਕੀ ਜਾਂਦਾ ਕੋਈ ਨਹਿਰ ਨੂੰ ਮੰਨੀ ਜਾਂਦਾ ਕੋਈ ਪਿੱਪਲ ਨੂੰ ਮੰਨੀ ਜਾਂਦਾ ਕੋਈ ਕਹੇ ਨੂੰ ਮੰਨੀ ਜਾਂਦਾ ਇਹ ਮੇਰੇ RAM ਮੈਂ ਇੱਕ ਦਿਨ YouTube ਤੇ ਵੇਖਿਆ ਕੁੱਤੇ ਦਾ ਵੀ ਮੰਦਿਰ ਬਣਾਇਆ ਤੇ ਉਹਦੀ ਪੂਜਾ ਕਰਨ ਦਏ ਕੁੱਤੇ ਦਾ ਮੰਦਿਰ ਬਣਾਇਆ ਸ਼ੀਸ਼ੇ 'ਚ ਮੜੇ ਜੇ ਕੁੱਤੇ ਦੀ ਮੂਰਤੀ ਬੰਦਾ ਪੁੱਛੇ ਜਿਨ੍ਹਾਂ ਦਾ ਗੁਰੂ ਪੀਰੇ ਕੁੱਤਾ ਚੇਲੇ ਕੀ ਬਣਨਗੇ ਜੇ ਲੈ ਕੇ ਬਣਨਗੇ ਉਹ ਤੇ ਫਿਰ ਜੈਸਾ ਸੇਵੇ ਤੈਸਾ ਹੋਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਿਹੋ ਜੇ ਨੂੰ ਮੰਨੋਗੇ ਉਹੋ ਜੇ ਬਣ ਜਾਓਗੇ ਆਖੋ ਸ੍ਰੀ ਵਾਹਿਗੁਰੂ ਸਾਡੇ ਦੇਸ਼ ਵਿੱਚ ਕਈ ਵਿਚਾਰੇ ਸੱਪਾਂ ਨੂੰ ਹੀ ਪੂਜੀ ਜਾਂਦੇ ਸੱਪਾਂ ਨੂੰ ਪੂਜਦੇ ਵਰਮੀਆਂ ਨੂੰ ਪੂਜੀ ਜਾਂਦੇ ਪੂਜੀ ਜਾਂਦੇ ਤੇ ਫਿਰ ਛਾਪੀ ਬਣਦੇ ਬਾਅਦ ਵਿੱਚ ਦੀ ਕਿਉਂਕਿ ਜੈਸਾ ਸੇਵੇ ਤੈਸਾ ਤੈਸਾ ਹੋਏ ਜਿਹੋ ਜਿਹੇ ਦੀ ਪੂਜਾ ਕਰੋਗੇ ਉਹੋ ਜਿਹਾ ਬਣੋਗੇ ਬਾਣੀ ਕਹਿ ਰਹੀ ਹੈ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਹੈ ਚਲੋ ਤੁਸੀਂ ਜਿੰਨੇ ਬੈਠੇ ਹੋ ਪਾ ਗਾਣੇ ਹੋ ਸਿਆਣੇ ਹੋ ਇਹ ਆਮ ਬੰਦਿਆਂ ਦੀਆਂ ਗੱਲਾਂ ਕਰ ਰਿਹਾ ਮੈਂ ਆਮ ਬੰਦਿਆਂ ਦੀ ਹੈ ਜੀ ਦੱਸੋ ਬੁਲਟ ਮੋਟਰਸਾਈਕਲ ਦਾ ਮੰਦਿਰ ਬਣਾਇਆ ਤੇ ਉਹਦੀ ਪੂਜਾ ਕਰਨ ਦਾ ਹੈ ਜੀ ਬੁਲਟ ਦੀ ਪੂਜਾ ਕਰਨ ਦਾ ਹੈ ਕੀ ਮਨੋਦਸ਼ਾ ਦੀ YouTube ਤੇ ਸਰਚ ਮਾਰ ਲਿਓ ਬੁਲਟ ਟੈਂਪਲ ਤੁਹਾਨੂੰ ਵਿਖਾ ਦੇਣਗੇ ਜੀ ਆ ਤੇ ਜੀਨ ਦਾ ਜਾਗ ਦਾ ਬੰਦਾ ਬੈਠਾ ਜੀ ਐਕਟਰ ਅਮਤਾਬ ਬਚਨ ਉਹਦਾ ਮੂਰਤੀ ਬਣਾ ਕੇ ਉਹਦੀ ਪੂਜਾ ਕਰੀ ਜਾਂਦੇ ਜੀ ਤਾਂ ਪਿੱਛੇ ਦੇ ਗਾਇਕ ਸਿੱਧੂ ਮੂਸੇਵਾਲਾ ਵਿਚਾਰਾ ਉਹਨੂੰ ਮਾਰਤਾ ਕਿਹਨੇ ਹਾਂਜੀ ਉਹਦੀ ਮੂਰਤੀ ਬਣਾ ਕੇ ਉਹਦੇ ਅੱਗੇ ਮੋਮਬਤੀਆਂ ਜਗਾਈ ਜਾਂਦੇ ਸੀ ਤੇ ਪਰਮੇਸ਼ਰ ਨੂੰ ਝੁੱਲ ਬੈਠੇ ਆਖੋ ਸ੍ਰੀ ਵਾਹਿਗੁਰੂ ਪਰਮੇਸ਼ਰ ਨੂੰ ਝੁੱਲ ਬੈਠੇ ਦੱਸੋ ਚਲੋ ਸਿੱਧੂ ਮੂਸੇ ਵਾਲਾ ਮਰਿਆ ਆ ਐਕਟਰ ਤੇ ਜਿਉਂਦਾ ਜਾਗਦਾ ਬੈਠਾ ਅਗਲੇ ਉਹਦੀ ਉਹਦੀ ਮੂਰਤੀ ਬਣਾਈ ਜਾਂਦੇ ਉਹਨੂੰ ਪੂਜੀ ਜਾਂਦੇ ਤੇ ਐਕਟਰ ਵੀ ਵਿਚਾਰਾ ਜਿਹੜੀ ਜੂਨ ਚ ਪਏਗਾ ਉਸੇ ਜੂਨ ਚ ਚੇਲੇ ਜਾਣਗੇ ਸਾਰੇ ਉਹ ਮਹਾਰਾਜ ਸੱਤੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਤਾਂ ਉਹਨੇ ਦੱਸਿਆ ਉਹ ਕਹਿੰਦਾ ਕੋਈ ਗੁਰੂ ਪੀਰ ਨਹੀਂ ਤੇ ਉਹ ਤੇ ਕਾਂ ਬਣਿਆ ਇਸ ਸਮੇਂ ਕਾਂ ਦਾ ਸ਼ਰੀਰ ਮਿਲਿਆ ਉਹਨੂੰ ਉੱਚੀ ਰੋੜੀ ਪਰ ਅੱਬ ਬੈਸਾ ਉੱਚੀ ਰੋੜੀ ਦੇ ਉੱਤੇ ਬੈਠਾ ਚ ਹੈ ਪਹ ਹੈ ਪਹਾੜੀ ਬਾਇਸ ਜੈਸਾ ਪਹਾੜੀ ਕਾਂ ਹੈ ਪਹਾੜੀ ਕਾਂ ਪੁਨ ਗੁਰੂ ਬੁਝਿਓ ਇਸ ਥਲ ਮੇਲਾ ਕਹੋ ਕਿਸ ਕੋ ਵੱਡ ਪੈ ਹੋ ਸਕੇਲਾ ਆਖੋ ਵਾਹਿਗੁਰੂ ਤੇ ਮਹਾਰਾਜ ਫਿਰ ਸਾਰਿਆਂ ਨੂੰ ਕਹਿੰਦੇ ਵੀ ਦੱਸੋ ਹੁਣ ਫਿਰ ਕਿਹਦਾ ਮੇਲਾ ਲਾਇਆ ਜੀ ਕਿਉਂ ਇੰਨੇ ਲੋਕ ਇਕੱਠੇ ਹੋਏ ਚ ਕਿਹੜਾ ਵੱਡੇਰਾ ਤੁਹਾਡਾ ਸੁਨ ਕੇ ਹੱਥ ਜੋਰ ਤਬ ਕਹੀ ਹੱਥ ਜੋੜ ਕੇ ਉਹ ਫਿਰ ਮਹਾਰਾਜ ਨੂੰ ਕਹਿਣ ਲੱਗਾ ਜਿਹੜਾ ਮੁਖੀ ਕਿਸਾਨ ਸੀ ਭੇਡ ਚਾਲ ਲੋਕ ਐ ਕੀ ਲਹੀ ਮਹਾਰਾਜੇ ਤਾਂ ਭੇਡ ਚਾਲ ਐ ਭੇਡ ਚਾਲ ਆਖੋ ਸ੍ਰੀ ਵਾਹਿਗੁਰੂ ਸਭ ਤੋਂ ਸੌਖਾ ਚ ਪੇਡਾਂ ਦਾ ਵਗ ਤੋੜਨਾ ਇੱਕ ਪੇੜ ਨੂੰ ਲਾਓ ਅੱਗੇ ਜਿਹੜੇ ਪਾਸੇ ਲੈ ਕੇ ਜਾਣਾ ਬਾਕੀ ਪੇਡਾਂ ਤੇ ਜ਼ੋਰ ਨਹੀਂ ਦੇਣਾ ਪੈਂਦਾ ਆਪੇ ਹੀ ਤੁਰ ਪੈਂਦੀਆਂ ਜੀ ਆਪੇ ਹੀ ਤੁਰ ਪੈਂਦੀਆਂ ਕੁਝ ਵਿਚਾਰੇ ਬੰਦੇ ਭੇਡਾਂ ਹੀ ਹੁੰਦੇ ਆ ਭੇਡਾਂ ਬਸ ਜਿਹੜੇ ਬੰਨੇ ਇੱਕ ਗਿਆ ਪਿੰਡ ਆਲਾ ਦੂਜਾ ਵੀ ਚਲੇ ਗਿਆ ਤੀਜਾ ਵੀ ਚਲੇ ਗਿਆ ਚੌਥਾ ਵੀ ਚਲੇ ਗਿਆ ਸਾਰਾ ਪਿੰਡ ਹੀ ਉਹ ਜੜੇ ਪੈ ਜਾਂਦਾ ਉਹਨੂੰ ਕਹਿੰਦੇ ਭੇਡਚਾਲ ਉਹ ਮੁਖੀ ਕਹਿਣ ਲੱਗਾ ਕਹਿੰਦਾ ਸੱਚੇ ਪਾਤਸ਼ਾਹ ਮਹਾਰਾਜੇ ਤੇ ਸਾਡੀ ਭੇਡਚਾਲ ਹੈ ਭੇਡਚਾਲ ਆ ਹੰਤ ਜਿਤ ਦੇਸ਼ ਏਕ ਭੇਡ ਚਲ ਜਾਏ ਉਹ ਕਹਿੰਦਾ ਕਹਿੰਦਾ ਮਹਾਰਾਜ ਇਸ ਪਾਸੇ ਇੱਕ ਭੇਡ ਜਾਂਦੀ ਹੈ ਦੇਖਤ सगਰੀ ਧਾਏ ਸਿਧਾਏ ਉਹਨੂੰ ਵੇਂਦੀਆਂ ਵੇਂਦੀਆਂ ਸਾਰੀਆਂ ਭੇਡਾਂ ਹੀ ਉਧਰ ਤੁਰੀਆਂ ਜਾਂਦੀਆਂ ਤਿਮਹੀ ਜਗ ਕੇ ਮੂਰਖ ਨਰ ਹੈ ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਦੁਨੀਆਂ ਦੇ ਮੂਰਖ ਲੋਕ ਵੀ ਹੁੰਦੇ ਆ ਵੇਖ ਚੱਲ ਜਾਏ ਵਿਚਾਰ ਨਾ ਉਰਹੈ ਬਸ ਵੇਖਾ ਵੇਖੀ ਜਾਈ ਜਾਂਦੇ ਐ ਵਿਚਾਰ ਨਹੀਂ ਕਰਦੇ ਆਖੋ ਸ੍ਰੀ ਵਾਹਿਗੁਰੂ ਵਿਚਾਰ ਨਹੀਂ ਕਰਦੇ ਹਾਂ ਜੀ ਦੇਖਾ ਦੇਖੀ ਸਭ ਚੱਲ ਆਏ ਨਹਿ ਜਾਣੇ ਕਿਆ ਪਾਏ ਸਿਧਾਏ ਵਿਚਾਰ ਨਹੀਂ ਕਰਦੇ ਵੀ ਕੀ ਬਣੇਗਾ ਕੀ ਹੋਏਗਾ ਬਸ ਵੇਖਾ ਵੇਖੀ ਪੂਜਾ ਕਰੀ ਜਾਂਦੇ ਐ ਕਰੀ ਜਾਂਦੇ ਐ ਕਹੇਓ ਸਬਨ ਮੈਂ ਜਬੇ ਹਵਾਲ ਭਏ ਅਚੰਬੇ ਰਦੇ ਵਿਸਾਲ ਜਦੋਂ ਸਾਰੇ ਕੌੜੇ ਗੋਤ ਵਾਲਿਆਂ ਨੂੰ ਪਤਾ ਲੱਗਾ ਵੀ ਸਾਡੇ ਬਡੇਰੇ ਚ ਕੋਈ ਸ਼ਕਤੀ ਨਹੀਂ ਐ ਉਹ ਤੇ ਕਾਂ ਬਣਿਆ ਬੈਠਾ ਸ਼ਰਮਿੰਦਾ ਹੋਏ ਸਾਰੇ ਜੀ ਹਾਂਜੀ ਹਮ ਹੰਕਾਰ ਸ਼ੂਸ਼ ਹੀ ਕਰਤੇ ਵੀ ਅਸੀਂ ਐਵੇਂ ਹੀ ਆਪਣੇ ਬਡੇਰੇ ਉੱਤੇ ਫੋਕਾ ਹੀ ਮਾਣ ਕਰਦੇ ਰਹੇ ਸਤਗੁਰ ਪੁਰਖ ਸ਼ਕਤ ਸਭ ਧਰਤੇ ਆਖੋ ਸ੍ਰੀ ਵਾਹਿਗੁਰੂ ਇਹ ਤਾਂ ਗੁਰੂ ਸਾਹਿਬ ਨੇ ਆਪਣੀ ਸ਼ਕਤੀ ਦੇ ਨਾਲ ਸਾਨੂੰ ਵਿਖਾ ਦਿੱਤਾ ਨਹੀਂ ਤੇ ਪਤਾ ਹੀ ਨਹੀਂ ਸੀ ਲੱਗਣਾ ਜਿਨਹੋ ਵੱਡੇ ਕੋ ਜਨਮ ਦਿਖਾਇਓ ਸਿਰ ਧਰ શરી ਬਿਰਤੰਤ ਸੁਨਾਇਓ ਮਹਿਮਾ ਅਧਿਕ ਗੁਰੂ ਕੀ ਜਾਨੀ ਉੱਥੇ ਫਿਰ ਉਹਨਾਂ ਸਾਰਿਆਂ ਨੇ ਸਤਗੁਰਾਂ ਦੀ ਮਹਿਮਾ ਵੱਡੀ ਜਾਣੀ ਸ਼ਰਦਾ ਹਿਰਦੈ ਸਭਨ ਹੀ ਠਾਨੀ ਸਾਰੇ ਕਿਸਾਨਾਂ ਨੇ ਮਹਾਰਾਜ ਉੱਤੇ ਸ਼ਰਦਾ ਰੱਖੀ ਦੀ ਹਾਂਜੀ ਧੂਮ ਰਾਜ ਕੋ ਤਉ ਹੰਕਾਰ ਪਰ ਇੱਕ ਕੰਮ ਨਹੀਂ ਵਿਚਾਰਿਆ ਨੇ ਛੱਡਿਆ ਵਡੇਰੇ ਦੀ ਪੂਜਾ ਤੇ ਛੱਡ ਦਿੱਤੀ ਪਰ ਜ਼ਮੀਨ ਦਾ ਮਾਣ ਨਹੀਂ ਛੱਡਿਆ ਆਖੋ ਵਾਹਿਗੁਰੂ ਵਾਹਿਗੁਰੂ ਵੀ ਮੇਰੀ ਜ਼ਮੀਨ ਹੈ ਮੇਰੀ ਧਰਤੀ ਹੈ ਸਾਡੀ ਧਰਤੀ ਹੈ ਸਾਡਾ ਰਾਜ ਹੈ ਇਹ ਗੱਲ ਨਹੀਂ ਛੱਡੀ ਦੀ ਉਹਨਾਂ ਨੇ ਮਨ ਮੈਂ ਰੱਖਿਓ ਨਹਿ ਨਿਰਵਾਰ ਮਨ ਚ ਇਹ ਹਉਮੈ ਜ਼ਰੂਰ ਰੱਖੀ ਦੀ ਵੀ ਇਹ ਸਾਡੀ ਜ਼ਮੀਨ ਹੈ ਚਲੋ ਕੋਈ ਗੱਲ ਨਹੀਂ ਵੱਡੇ ਵੱਡੇਰੇ ਦੀ ਪੂਜਾ ਛੱਡ ਦਿੰਨੇ ਹਾਂ ਹਾਂਜੀ ਸਤਗੁਰ ਕਰ ਅਖੇਰ ਗਏ ਡੇਰੇ ਮਹਾਰਾਜ ਮੇਲੇ ਚੋਂ ਉੱਠੇ ਫਿਰ ਸ਼ਿਕਾਰ ਕੀਤਾ ਸ਼ਿਕਾਰ ਕਰਕੇ ਜਿੱਥੇ ਆਸਣ ਲਾਇਆ ਸੀ ਗੁਰੂ ਸਰ ਮਹਾਰਾਜ ਮਹਾਰਾਜ ਉੱਥੇ ਚਲੇ ਗਏ ਛੇਵੇਂ ਪਾਤਸ਼ਾਹ ਉਤਰ ਥਿਰੇ ਪ੍ਰੇਅੰਕ ਤਿਸ ਬੇਰੇ ਮਹਾਰਾਜ ਆਪਣੇ ਪਲੰਘੇ ਤੇ ਆਰਾਮ ਕੀਤਾ ਸੱਜ ਕੇ ਰਾਹਕ ਕਾਉਰੇ ਮਿਲ ਸਮਦਾਏ ਗੁਰ ਮਹਿਮਾ ਲਖ ਕਰ ਮਨ ਪਾਏ ਉਹ ਕੌੜੇ ਕਿਸਾਨਾਂ ਨੇ ਫਿਰ ਇਕੱਠੇ ਹੋ ਕੇ ਮੀਟਿੰਗ ਕੀਤੀ ਸੀ ਮੀਟਿੰਗ ਕੀਤੀ ਵੀ ਗੁਰੂ ਸਾਹਿਬ ਦੀ ਮਹਿਮਾ ਬੜੀ ਵੱਡੀ ਹੈ ਹਾਂਜੀ ਸਕਲ ਇਕੱਤਰ ਹੋਏ ਚੱਲ ਆਏ ਸਾਰੇ ਇਕੱਠੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਏ ਜੀ ਸ੍ਰੀ ਹਰਗੋਬਿੰਦ ਜਹਾਂ ਸੁਹਾਏ ਜਿੱਥੇ ਗਰੀਬ ਨਵਾਜ਼ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੈਠੇ ਸਨ ਆਖੋ ਵਾਹਿਗੁਰੂ ਵਾਹਿ ਕਰ ਕਰ ਬੰਦਨ ਨਿਕਟ ਥਿਰੇ ਹੈ ਮੱਥਾ ਟੇਕਿਆ ਮੱਥਾ ਟੇਕ ਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਗਏ ਕੋਸ਼ਕ ਉਪਾਇਨ ਅਗਰ ਤਰੇ ਹੈ ਕੋਈ ਪੇਟਾ ਮਾਮੀ ਲੈ ਆਂਦੀਆਂ ਮਹਾਰਾਜ ਵਾਸਤੇ ਜੀ ਧੂਮ ਮਾਲਕੀ ਆਪਣੀ ਜਾਣੇ ਤੇ ਪਰ ਗੱਲ ਇਹ ਹੈਗੀ ਆ ਵੀ ਉਹਨਾਂ ਨੂੰ ਇਹ ਹੈ ਵੀ ਗੁਰੂ ਸਾਹਿਬ ਸਾਡੀ ਜ਼ਮੀਨ ਉੱਤੇ ਬੈਠੇ ਐ ਆਖੋ ਵਾਹਿਗੁਰੂ ਇਹ ਭਲੇਖਾ ਹੁੰਦਾ ਜੀ ਬੰਦੇ ਨੂੰ ਬਹੁਤ ਵੱਡਾ ਭਲੇਖਾ ਹੁੰਦਾ ਜੀ ਸੰਤ ਬਾਬਾ ਦਲੇਲ ਸਿੰਘ ਜੀ ਮਹਾਪੁਰਖ ਹੋਏ ਐ ਕੁਟੀ ਨਿਰਮਲ ਕੁਟੀਆਲੇ ਨਿਰਮਲੇ ਬੜੀ ਉੱਚੀ ਆਤਮਾ ਤੇ ਵਿਰਕਤ ਉਹਨਾਂ ਨੂੰ ਵਿਰਕਤ ਜੀ ਕਹਿੰਦੇ ਸੀਗੇ ਕੋਈ ਪੈਸਾ ਦਮੜਾ ਉਹਨਾਂ ਨੇ ਕਦੀ ਜੇਬ 'ਚ ਨਹੀਂ ਪਾਇਆ ਜੀ ਤੇ ਨਾਂ ਰੱਖਿਆ ਭਾਵੇਂ ਕੋਈ ਗੱਡੀ ਤੇ ਲੈ ਜਾਏ ਤੇ ਭਾਵੇਂ ਕੋਈ ਸਾਈਕਲ ਤੇ ਲੈ ਜਾਏ ਕੋਈ ਫੁਰਨਾ ਨਹੀਂ ਸੀ ਬਾਬਾ ਦਲੇਲ ਸਿੰਘ ਜੀ ਸਾਥ ਸੰਗਤ ਦੀ ਉਹ ਕਿਹਦੇ ਖੂਹ ਉੱਤੇ ਜਪ ਤਪ ਕਰਦੇ ਸੀ ਜਦੋਂ ਖੂਹ ਉੱਤੇ ਜਪ ਤਪ ਕਰਨਾ ਤੇ ਉੱਥੇ ਲੋਕਾਂ ਨੇ ਦਰਸ਼ਨ ਮੇਲੇ ਕਰਨ ਆਉਣਾ ਜੀ ਤੇ ਰਸਤੇ ਵਿੱਚ ਜਿਹਦੇ ਖੇਤ ਹੀ ਨਾ ਜੀ ਜਿਹਦੇ ਖੇਤ ਹੀ ਉਹਨੇ ਬੜਾ ਚਿੜਨਾ ਉਹਨੇ ਕਹਿਣਾ ਲੋਕ ਲੰਘਦੇ ਆ ਮੇਰੀ ਫਸਲ ਉੱਡੜ ਜਾਂਦੀ ਹੈ ਹਾਂ ਜੀ ਤੇ ਦੂਜਾ ਜਿਹੜਾ ਬੰਦਾ ਸੀ ਨਾ ਦੂਜਾ ਨਾਲ ਦੇ ਖੇਤ ਵਾਲਾ ਉਹਨੇ ਕਿਹਾ ਤੂੰ ਦੁਖੀ ਨਾ ਹੋ ਉਹਨੇ ਰਾਹ ਆਪਣੇ ਖੇਤ ਚੋਂ ਬਣਾ ਦਿੱਤਾ ਜੀ ਜਦੋਂ ਉਹਨੇ ਆਪਣੇ ਖੇਤ ਚੋਂ ਰਾਹ ਬਣਾਇਆ ਨਾ ਸੰਗਤਾਂ ਵਾਸਤੇ ਤੇ ਜਿਨੇ ਕਿਹਾ ਹੀ ਵੀ ਮੇਰੇ ਮੇਰੀ ਪੈੜੀ ਚੋਂ ਸੰਗਤ ਨਹੀਂ ਲੰਗਣੀ ਚਾਹੀਦੀ ਉਹ ਰਾਹ ਛਾੜ ਨਿਕਲਿਆ ਹੀ ਨਾ ਕਰੇ ਤੇ ਜਿੱਦੀ ਪੈੜੀ ਤੋਂ ਸੰਗਤ ਲੰਘਦੀ ਹੁੰਦੀ ਹੀ ਉਹਦਾ ਝਾੜ ਝਾੜ ਚਾਰ ਗੁਣਾ ਵੱਧ ਨਿਕਲਦਾ ਹੁੰਦਾ ਹੈਗਾ ਜੀ ਉਧਰ ਸੰਗਤ ਦੇ ਚਰਨ ਪੈਂਦੇ ਹੈਗਾ ਜੀ ਜਿਹੜਾ ਕਹਿੰਦਾ ਹੈ ਮੇਰਾ ਖੇਤ ਮੇਰੀ ਜ਼ਮੀਨ ਮੇਰੇ ਖਰਾਬ ਹੁੰਦੇ ਆ ਉਧਰ ਨਿਕਲੇ ਕੁਛ ਨਾ ਨਹੀਂ ਇਸ ਕਰਕੇ ਇਹ ਮਾਣ ਛੱਡਣਾ ਬੜਾ ਔਖਾ ਹੁੰਦਾ ਹੈ ਪਰ ਜਿਹੜਾ ਛੱਡ ਜਾਵੇ ਉਰੇ ਤੇ ਮੇਰਾ ਬਹੁਤ ਹੁੰਦੀਆਂ ਉਹ ਹੁਣ ਕੀ ਬਣਿਆ ਉਹਨਾਂ ਨੂੰ ਸੀ ਵੀ ਮਹਾਰਾ ਨੇ ਆਸਣ ਲਾਇਆ ਜਿਸ ਜ਼ਮੀਨ ਤੇ ਉਹ ਜ਼ਮੀਨ ਸਾਡੀ ਹੈ ਹਾਂਜੀ ਊਮ ਮਾਲਕੀ ਆਪਣੀ ਜਾਣੈ ਆ ਧਰਤੀ ਦਾ ਮਾਲਕ ਸਮਝਦੇ ਸੀ ਆਪਣੇ ਆਪ ਨੂੰ ਜਾਂ ਤੇ ਔਰ ਅਹੰਕਾਰ ਮਹਾਨੈ ਫਿਰਦੇ ਚ ਮਾਨ ਸੀ ਉਤੋਂ ਨਿਮਰਤਾ ਰੱਖਦੇ ਸੀ ਅੰਦਰ ਅਹੰਕਾਰ ਪੂਰਾ ਸੀ ਜੀ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਅੰਤਰਜਾਮੀ ਸਭ ਕਿਸ ਜਾਨੀ ਉਹ ਜਦੋਂ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਬੈਠੇ ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਜਾਣ ਗਏ ਵੀ ਫੌਕੀਆਂ ਹੀ ਹੈ ਗੱਲਾਂ ਹਾਂਜੀ ਭੂਤ ਭਵਖਿਤ ਜਿਮ ਕਿਨ ਮਾਨੀ ਫੇਰ ਮਹਾਰਾ ਨੂੰ ਇਹ ਵੀ ਪਤਾ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਕੰਮ ਖਰਾਬ ਵੀ ਕਰਨਾ ਅਜੇ ਹੱਥ ਜੋਰ ਸਭ ਰਾਹਕ ਕਹੈ ਉਹ ਕਿਸਾਨ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਮਹਾ ਸ਼ਕਤ ਧਰ ਰਾਵਰ ਅਹੈ ਮਹਾਰਾਜ ਤੁਸੀਂ ਸ਼ਕਤੀ ਵਾਲੇ ਹੋ ਸਮਰੱਥਾ ਵਾਲੇ ਹੋ ਮਾਲਕ ਸਿੱਖ ਆਪਣੇ ਹਮੈ ਬਣਾਵੋ ਕਿਰਪਾ ਕਰੋ ਤੇ ਸਾਨੂੰ ਆਪਣੇ ਸਿੱਖ ਬਣਾ ਲਓ ਮਹਾਰਾਜ ਦੇ ਉਪਦੇਸ਼ ਸੋ ਪੰਥ ਚਲਾਵੋ ਉਪਦੇਸ਼ ਦਿਓ ਅਸੀਂ ਤੁਹਾਡੇ ਅਨੁਸਾਰ ਚੱਲੀਏ ਜਿਸ ਪ੍ਰਕਾਰ ਸਿੱਖ ਅਪਰ ਤੁਮਾਰੇ ਹਮ ਵੀ ਬਣੈ ਤਥਾ ਅਨੁਸਾਰੇ ਜਿਵੇਂ ਤੁਹਾਡੇ ਬਾਕੀ ਸਿੱਖ ਨੇ ਉਹੋ ਜੇ ਸਾਨੂੰ ਵੀ ਸਿੱਖ ਬਣਾਓ ਅਸੀਂ ਸਿੱਖ ਬਣਨਾ ਚਾਹੁੰਦੇ ਆਂ ਦੇਤੇ ਰਹਿ ਹੈ ਉਪਾਇਨ ਸਦਾ ਬਨੋ ਸਹਾਇਕ ਤੁਮ ਜਦ ਕਦਾ ਅਸੀਂ ਤੁਹਾਨੂੰ ਪੇਟਾਵਾਂ ਦਿੰਦੇ ਰਵਾਂਗੇ ਤੁਸੀਂ ਸਾਡੀ ਰਾਖੀ ਕਰਦੇ ਰਹੋ ਆਖੋ ਉਹ ਗੱਲ ਬੇਨਤੀ ਕਰਨ ਦੇ ਪਰ ਮਾਣ ਚ ਕਰਨ ਦੇ ਆ ਸ੍ਰੀ ਹਰਿ ਕੋਵਿੰਦ ਲੱਖ ਤਿੰਨ ਖੋਟੇ ਕਈ ਬੇਨਤੀ ਕਰਦੇ ਆ ਪਰ ਬੇਨਤੀ ਹੁਕਮ ਚ ਲਪੇਟ ਕੇ ਕਰਦੇ ਆ ਕਰਨ ਰਿਕੁਐਸਟ ਦੇ ਹੁੰਦੇ ਆ ਪਰ ਹੁੰਦਾ ਆਰਡਰ ਹੀ ਆ ਕਰਨ ਬੇਨਤੀ ਦੇ ਆ ਵੀ ਸਿੱਖ ਬਣਾ ਲਓ ਤੇ ਨਾਲ ਕਹਿੰਦੇ ਸੱਚੇ ਪਾਤਸ਼ਾਹ ਮਾਰਾ ਤੁਹਾਨੂੰ ਪੇਟਾ ਮਾਂ ਦਿੰਦੇ ਰਹਾ ਰਿਹਾ ਕਰਾਂਗੇ ਗੁਰੂ ਸਾਹਿਬ ਪੇਟਾਵਾ ਦੇ ਥੋੜੀ ਉਹ ਮਾਰਾ ਨੂੰ ਭੁੱਖ ਹੈਗੀ ਹੈ ਵੀ ਮਾਨੂੰ ਕੋਈ ਪੇਟਾਵਾ ਦਵੇ ਤੇ ਅਸੀਂ ਉਹਨੂੰ ਸਿੱਖ ਬਣਾਉਣਾ ਗੁਰੂ ਸਾਹਿਬ ਨੇ ਵੇਖਿਆ ਵੀ ਠੀਕ ਹੈ ਆ ਤੇ ਗਏ ਸਾਡੇ ਕੋਲ ਪਰ ਅਜੇ ਖੋਟ ਹੈਗੀ ਹੈ ਖੋਟੇ ਹੈ ਔਰ ਹੰਕਾਰੀ ਬਹੁ ਮਤ ਮੋਟੇ ਇਹਦੇ ਮੋਟੀ ਮਤ ਦੇ ਆਖੋ ਵਾਹਿਗੁਰੂ ਵਾਹ ਮੋਟੀ ਮੱਤ ਦੇ ਮੋਟੀ ਮੱਤ ਦਾ ਬੰਦਾ ਹੁੰਦਾ ਜੇ ਮੂੰਹ ਸਮਝਾਓ ਤੇ ਸਮਝੇ ਨਾ ਤੇ ਮੋਟੀ ਮੱਤ ਵਾਲੇ ਨੂੰ ਸਮਝਾਉਣ ਦਾ ਫਾਇਦਾ ਕੋਈ ਨਹੀਂ ਹੁੰਦਾ ਸਮੇਂ ਨਾਲ ਆਪੇ ਹੀ ਰਿਜ਼ਲਟ ਸਾਹਮਣੇ ਆਉਂਦਾ ਹੈ ਸਮੇਂ ਨਾਲ ਮਾਰਾ ਨੇ ਵੇਖਿਆ ਵੀ ਮਨ 'ਚ ਹੰਕਾਰ ਹੈ ਮਤ ਮੋਟੀ ਹੈ ਕਹੇ ਹੋ ਕੇ ਹਮ ਨਹਿ ਸਿੱਖ ਬਣਾਵੇਂ ਬਿਲਕੁਲ ਗੁਰੂ ਸਾਹਿਬ ਨੇ ਉਹਨਾਂ ਦਾ ਮਾਣ ਨਹੀਂ ਰੱਖਿਆ ਡਟ ਕੇ ਕਿਹਾ ਮਾਰਾ ਕਹਿੰਦੇ ਅਸੀਂ ਤੁਹਾਨੂੰ ਸਿੱਖ ਨਹੀਂ ਬਣਾ ਸਕਦੇ ਹੁਣ ਤੱਕ ਦੀ ਜਿੰਨੀ ਕਥਾ ਹੋਈ ਹੈ ਨਾ ਆ ਦਾਸ ਨੇ ਪਹਿਲਾ ਪ੍ਰਸੰਗ ਪੜਿਆ ਵੀ ਗੁਰੂ ਸਾਹਿਬ ਨੇ ਕਿਸੇ ਨੂੰ ਸਿੱਖੀ ਦੇਣ ਤੋਂ ਨਾ ਕੀਤੀ ਹੋਵੇ ਨਹੀਂ ਤੇ ਮਹਾਰਾਜ ਨਾ ਨਹੀਂ ਕਰਦੇ ਸੀ ਕਹਿੰਦੇ ਕੋਈ ਨਹੀਂ ਸਤਿਗੁਰ ਖੋਟੇ ਹੋ ਖਰੇ ਕਰੇ ਪਰ ਇਹਨਾਂ ਨੂੰ ਨਾ ਕਰ ਦਿੱਤੀ ਮਹਾਰਾਜ ਨੇ ਛੇਵੇਂ ਪਾਤਸ਼ਾਹ ਕਹਿੰਦੇ ਨਹੀਂ ਹਾਂਜੀ ਅਧਿਕਾਰੀ ਤੁਮ ਕੋ ਨਹਿ ਪਾਵੇਂ ਤੁਸੀਂ ਸਿੱਖੀ ਦੇ ਅਧਿਕਾਰੀ ਨਹੀਂ ਤੇ ਆ ਗਏ ਹਾਂਜੀ ਸਿੱਖੀ ਪਦਲੇ ਨਿਰਹੰਕਾਰੀ ਹੁਣ ਆ ਗੱਲ ਪੜ੍ਹ ਕੇ ਤੇ ਮੈਨੂੰ ਲੱਗਦਾ ਵੀ ਮੈਂ ਵੀ ਸਿੱਖ ਨਹੀਂ ਬਣਿਆ ਜੇ ਮਾਰਾ ਕਹਿੰਦੇ ਸਿੱਖੀ ਪਦ ਸਿੱਖ ਉਹ ਹੈ ਜਿਹਦੇ ਮਨ ਵਿੱਚ ਬਿਲਕੁਲ ਹੰਕਾਰ ਨਾ ਹੋਵੇ ਥੋੜਾ ਬੋਤਾ ਤੇ ਸਾਰੇ ਹੀ ਰੱਖੀ ਬੈਠੇ ਆਂ ਜੀ ਆਖੋ ਸ੍ਰੀ ਵਾਹਿਗੁਰੂ ਥੋੜਾ ਬੋਤਾ ਮਾਨਤਾ ਹੈਗਾ ਜੀ ਚੱਲਦਾ ਹੀ ਰਹਿੰਦਾ ਜੀ ਕਹੇ ਨਾ ਕਿ ਇਹ ਗੱਲ ਤੋਂ ਚਲਾਕੀ, ਤੁਸਤੀ, ਮਾਣ, ਅਭਿਮਾਨ ਹਮੇਂ ਅੰਦ ਗੁਬਾਰ ਚੱਲਦਾ ਹੀ ਰਹਿੰਦਾ ਜੀ ਸਤਿਗੁਰੂ ਕਹਿਣ ਲੱਗੇ ਨਹੀਂ ਮਹਾਰਜ ਕਹਿੰਦੇ ਸਿੱਖੀ ਪਦ ਕੇਵਲ ਨਿਰਹੰਕਾਰੀ ਵਾਸਤੇ ਹੈ ਚਲੋ ਆਪਾਂ ਸਿੱਖ ਬਣਨ ਦਾ ਆ ਸੰਗਤ ਜੀ ਯਤਨ ਕਰ ਸਕਦੇ ਆ ਵੀ ਸਤਿਗੁਰੂ ਦੇ ਸਿੱਖ ਬਣੀਏ ਪਰ ਸਿੱਖ ساری ਉਮਰ ਨਹੀਂ ਅਖਵਾ ਸਕਦਾ ਵੀ ਮੈਂ ਸਿੱਖ ਬਣ ਗਿਆ ਹਾਂ ਜੀ ਇਹ ਪੜਾਈ ਸਾਡੀ ਐਸੀ ਹੈ ਹਾਂਜੀ ਕਬ ਹੋ ਨਾ ਬਨਹ ਵਿਸਾਲ ਵਿਕਾਰੀ ਮਹਾਰਾ ਜੀ ਕਹਿੰਦੇ ਐਡਾ ਵੱਡਾ ਵਿਕਾਰੀ ਬੰਦਾ ਕਦੀ ਸਿੱਖ ਨਹੀਂ ਬਣ ਸਕਦਾ ਹਾਂਜੀ ਇਸਕੇ ਹੋਹੇ ਸਹਾਇਕ ਸਦਾ ਮਰ ਹਾਂਜੀ ਹਲਤ ਪਲਤ ਦੁਖ ਲਹ ਨ ਕਦਾ ਮਹਾਰਾਜ ਕਹਿਣ ਲਗੇ ਇਸਕੇ ਹੋਹੇ ਸਹਾਇਕ ਸਦਾ ਹਲਤ ਪਲਤ ਦੁਖ ਲਖੇ ਨ ਕਦਾ ਨਿਮਰਤਾ ਬਾਣ ਜਿਹੜਾ ਸਿੱਖ ਹੁੰਦਾ ਅਸੀਂ ਉਹਦੀ ਸਹਾਇਤਾ ਕਰਦੇ ਆ ਇਸ ਲੋਕ ਵਿੱਚ ਉਹਨੂੰ ਬਚਾਉਨੇ ਆ ਪਰ ਲੋਕ ਵਿੱਚ ਵੀ ਬਚਾਉਨੇ ਆ ਹਾਂ ਤੁਮ ਤੇ ਲੇਨ ਉਪਾਇਨ ਜੋਈ ਬਾਕੀ ਜਿਹੜੀ ਤੁਸੀਂ ਪੇਟਾ ਦੀਆਂ ਗੱਲਾਂ ਕਰਦੇ ਹੋ ਨਾ ਵੀ ਸਾਡੇ ਕੋਲੋਂ ਪੇਟਾਵਾਂ ਲੈ ਲਿਓ ਪੇਟਾਵਾਂ ਦਿੰਦੇ ਰਹਾਂਗੇ ਹਾਂ ਮਰੇ ਚਿਤ ਮੈਂ ਚਾਹ ਨਾ ਕੋਈ ਪਰ ਆ ਕਹਿੰਦੇ ਸਾਨੂੰ ਨਹੀਂ ਲੋੜ ਹੈਗੀ ਸਾਡੇ ਮਨ ਚ ਇੱਛਾ ਹੀ ਨਹੀਂ ਹੈਗੀ ਇਸੇ ਤਰ੍ਹਾਂ ਗੁਰਮੁਖ ਹੈ ਉਦੇ ਮਨ ਚ ਇੱਛਾ ਹੀ ਨਹੀਂ ਹੁੰਦੀ ਵੀ ਮੈਨੂੰ ਕੋਈ ਆ ਵਸਤੂ ਦੇਵੇ ਮੈਨੂੰ ਕੋਈ ਆ ਵਸਤੂ ਦੇਵੇ ਦੂਜੇ ਦਾ ਹੱਕ ਮਾਰਨ ਦੀ ਤੇ ਗੱਲ ਹੀ ਦੂਰ ਦੀ ਐ ਨਾ ਜੀ ਵੀ ਦੂਜੇ ਦਾ ਵੀ ਹੱਕ ਸਾਂਭ ਲੈਣਾ ਨਹੀਂ ਉਹਦੇ ਮਨ ਚ ਇੱਛਾ ਹੀ ਨਹੀਂ ਹੁੰਦੀ ਕਿ ਸਾਨੂੰ ਕੋਈ ਕੁਝ ਦੇਵੇ ਮਾਰਾ ਕਹਿੰਦੇ ਸਾਡੇ ਮਨ ਚ ਤੇ ਇੱਛਾ ਹੀ ਨਹੀਂ ਹੈਗੀ ਪਦਾਰਥਾਂ ਦੀ ਹਮਰੀ ਵਸਤ ਅਕੋਰ ਨ ਲਈ ਹਿ ਆਪਣੀ ਸਿੱਖੀ ਕੋ ਨਹਿ ਦੇਹੀ ਆਖ ਵਾਹਿਗੁਰੂ ਮਹਾਰਾਜ ਗਰੀਬ ਨਵਾਜ਼ ਕਹਿਣ ਲੱਗੇ ਤੁਹਾਡੀ ਕੋਈ ਵੀ ਵਸਤੂ ਤੇ ਉਪਹਾਰ ਨਹੀਂ ਲਵਾਂਗੇ ਤੇ ਨਾ ਹੀ ਤੁਹਾਨੂੰ ਸਿੱਖੀ ਦਵਾਂਗੇ ਮਹਾਰਾਜ ਕਹਿਣ ਲੱਗੇ ਚੇਤਾ ਰੱਖਿਓ ਗੁਰੂ ਜੀ ਦੀ ਸਿੱਖੀ ਗੁਰੂ ਜੀ ਦੀ ਦਾਤ ਹੈ ਪੈਸਿਆਂ ਨਾਲ ਨਹੀਂ ਖਰੀਦੀ ਜਾਂਦੀ ਜੀ ਜੇ ਕੋਈ ਕਹੇ ਕਿ ਮੈਂ ਪੈਸੇ ਦੇ ਕੇ ਮੈਂ ਮੋਟੀਗ੍ਰਾਹੀ ਦੇ ਕੇ ਮੈਂ ਗੁਰੂ ਜੀ ਦੀ ਦਾਤ ਖਰੀਦ ਲਵਾਂ ਆਪਣ ਬਾਬੇ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਗੁਰ ਸਿੱਖੀ ਕਿਸੇ ਦੀ ਜ਼ਮੀਨ ਜਾਇਦਾਦ ਨਹੀਂ ਹੈ ਵਿਰਾਸਤੀ ਦਾਤ ਨਹੀਂ ਹੈ ਵੀ ਕਿਸੇ ਨੂੰ ਮਿਲਦੇ ਇਹ ਤੇ ਜਿਹਦੇ ਮਨ ਦੀ ਭਾਵਨਾ ਉਹਨੂੰ ਮਿਲਦੀ ਹੈ ਮਹਾਰਾ ਜੀ ਕਹਿੰਦੇ ਤੁਹਾਨੂੰ ਸਿੱਖੀ ਨਹੀਂ ਦੇਣੀ ਅਸੀਂ ਬਿਲਕੁਲ ਨਾ ਕੀਤੀ ਮਹਾਰਾ ਜੀ ਇਹ ਮ ਜਵਾਬ ਜਦ ਸਤਗੁਰ ਦਇਓ ਜਦੋਂ ਛੇਵੇਂ ਪਾਤਸ਼ਾਹ ਨੇ ਜਵਾਬ ਦੇ ਦਿੱਤਾ ਨਾ ਉਹਨਾਂ ਨੂੰ ਨਹੀਂ ਨਮਰ ਹੋਏ ਪੁਨ ਪਦ ਲਾਇਓ ਉਹਨਾਂ ਫਿਰ ਨਿਮਰਤਾ ਚ ਨਹੀਂ ਅੱਗੋਂ ਆਏ ਉਹਨਾਂ ਹੰਕਾਰ ਹੀ ਅੱਗੇ ਰੱਖਿਆ ਕਈਆਂ ਨੂੰ ਜਿਨ੍ਹਾਂ ਟਾਈਆਂ ਦੇ ਮੋਟੀ ਮੱਤ ਦੇ ਮਹਾਰਾਜ ਕਹਿੰਦੇ ਇਹਨਾਂ ਨੇ ਸਮਝਾਇਆ ਸਮਝਣਾ ਨਹੀਂ ਸੀ ਉਹਨਾਂ ਨੇ ਮਾਰਾ ਨਹੀਂ ਉਹਨਾਂ ਨੂੰ ਸਿੱਖੀ ਪਦ ਨਹੀਂ ਦਿੱਤਾ ਉਹਨਾਂ ਅੱਗੋਂ ਨਿਮਰਤਾ ਨਹੀਂ ਵਰਤੀ ਦੀ ਪਵਨੀ ਕੇ ਮਾਲਿਕ ਹਮ ਅਹੈ ਇਸ ਹੰਕਾਰ ਤੇ ਅਫਰੇ ਰਹੈ ਇਸ ਹੰਕਾਰ ਚ ਅਫਰੇ ਰਹੇ ਹੀ ਮਾਲਕ ਹੈਗੇ ਆ ਧਰਤੀ ਦੇ ਮਾਲਕ ਹੈਗੇ ਆ ਜੇ ਤਾਂ ਰਖਿਓ ਇੱਥੇ ਲੱਖਾਂ ਕਿਲੇ ਦਾ ਕੋਈ ਮਾਲਕ ਹੋਵੇ ਲੱਖਾਂ ਕਿਲਿਆਂ ਦਾ ਜੇ ਗੁਰੂ ਦੀ ਨਦਰ ਨਹੀਂ ਹੈਗੀ ਤਾਂ ਅੱਗੇ ਪੀੜੀ ਜੰਨੀ ਥਾਂ ਵੀ ਨਹੀਂ ਮਿਲਣੀ ਜੀ ਲੱਖਾਂ ਕਿਲੇ ਕੀ ਕਰਨਗੇ ਹਾਂਜੀ ਤਾਰੇ ਮੌਨ ਨਿਜ ਘਰ ਕੋ ਗਏ ਉੱਠੇ ਤੇ ਚੁੱਪ ਕਰਕੇ ਆਪਣੇ ਘਰ ਨੂੰ ਚਲੇ ਗਏ ਨਹਿ ਬੜ ਭਾਗ ਤਿੰਨੋ ਕੇ ਭਏ ਕਿਸਮਤ ਨਹੀਂ ਸੀ ਗੁਰੂ ਹਰगोबिंद ਸਾਹਿਬ ਦੇ ਦਰਸ਼ਨ ਕੀਤੇ ਸਤਿਗੁਰੂ ਨਾਲ ਬਚਨ ਕੀਤੇ ਪਰ ਸਿੱਖੀ ਨਹੀਂ ਪ੍ਰਾਪਤ ਕਰ ਸਕੇ ਏਮ ਸ੍ਰੀ ਹਰਗੋਬਿੰਦ ਹਟਾਈ ਨਹੀਂ ਆਪਣੇ ਸਿੱਖ ਬਣਾਏ ਇਸ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਾਰਨਿਓ ਤੋੜ ਦਿੱਤੇ ਆਪਣੇ ਸਿੱਖ ਨਹੀਂ ਬਣਾਏ ਇਸ ਥਲ ਸ੍ਰੀ ਸਤਗੁਰ ਹਰਿ ਰਾਏ ਪਹੁੰਚੇ ਡੇਰਾ ਦਿਓ ਲਗਾਏ ਉਥੇ ਉਸੇ ਹੀ ਜਗ੍ਹਾ ਹੁਣ ਸਤਵੇਂ ਪਾਤਸ਼ਾਹ ਪਹੁੰਚੇ ਗੁਰੂ ਹਰਿ ਰਾਏ ਸਾਹਿਬ ਉਥੇ ਪਹੁੰਚ ਗਏ ਕੁੱਲ ਮਹਾਰਾਜ ਕੇ ਰਾਹਕ ਜਈ ਸਿਰ ਕੀ ਬਾਸ ਪਰੇ ਤਨ ਤੇਈ ਬਸਿਓ ਚਾਹੇ ਕਿਸ ਥਲ ਮਹਿ ਸੋਏ ਨਹੀਂ ਸਥਿਰਤਾ ਕਿ ਤੂੰ ਹੋਏ ਸ੍ਰੀ ਹਰਿ ਰਾਏ ਸੁਨੇ ਜਬ ਆਏ ਮਿਲਨ ਗਏ ਹਵਾਇ ਕ ਸੁਖ ਸਮੁੰਦਾਏ ਹੁਣ ਉੱਥੇ ਹੀ ਗੁਰੂ ਹਰਗੋਬਿੰਦ ਗੁਰੂ ਹਰਿ ਰਾਏ ਸਾਹਿਬ ਪਹੁੰਚੇ ਆ ਉਥੋਂ ਦੇ ਦੋ ਗੁੱਟ ਨੇ ਜੀ ਇੱਕ ਕੌੜੇ ਗੋਤ ਵਾਲੇ ਕਿਸਾਨ ਦੂਜੇ ਮਹਰਾਜ ਕੇ ਗੋਤ ਵਾਲੇ ਕਿਸਾਨ ਮਹਰਾਜਕੇ ਵਾਲੇ ਵਿਚਾਰੇ ਮਾੜੇ ਐ ਕੌੜੇ ਗੋਤ ਵਾਲੇ ਬੜੇ ਤਗੜੇ ਐ ਉਹ ਆਫਰੇ ਪਏ ਐ ਹੰਕਾਰੀ ਐ ਹੁਣ ਉਹ ਗੁਰੂ ਸਾਹਿਬ ਦੋਵਾਂ ਵਿੱਚੋਂ ਦੋਵਾਂ ਦਾ ਹੀ ਭਲਾ ਕਰਨਗੇ ਉਹ ਹੁਣ ਆਪਾਂ ਅਗਲੀ ਕਥਾ ਚ ਸੁਣਾਵਾਂਗੇ ਮਹਰਾਜਕੇ ਵਾਲਿਆਂ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਹਰ Rai ਸਾਹਿਬ ਸਤਗੁਰੂ ਆਏ ਹਨ ਮਹਰਾਜਕੇ ਵਾਲੇ ਗੁਰੂ ਹਰ Rai ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਏ ਪੇਟਾਂ ਮਾਂ ਲੈ ਕੇ ਆਏ ਅੱਗੋਂ ਜੋ ਹੋਏਗਾ ਉਹ ਕੱਲ ਦੇ ਦਿਵਾਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ ਚੇਤਾ ਰੱਖਿਓ ਇਸ ਵਾਰ ਗੁਰੂ ਨਾਨਕ ਸਾਹਿਬ ਦੇ ਗੁਰਪੁਰੋ ਤੇ ਮੈਂ ਲਗਭਗ ਜਿੰਨੀ ਥਾਂ ਤੇ ਮੌਕਾ ਮਿਲਿਆ ਕਥਾ ਕਰਦਿਆਂ ਬੇਨਤੀ ਕੀਤੀ ਹੈ ਵੇਖੋ ਮੈਂ ਤੁਹਾਨੂੰ ਫੋਟੋ ਨਾਲ ਨਹੀਂ ਜੋੜਨ ਮੈਂ ਆ ਇਹ ਨਾ ਸਮਝਿਓ ਵੀ ਮੈਂ ਤੁਹਾਨੂੰ ਫੋਟੋ ਨਾਲ ਜੋੜਿਆ ਪਰ ਬਹੁਤ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਚਿੱਤਰ ਦੇਖੋ ਇੱਕ ਇਸ਼ਾਰਾ ਸੇਮ ਹੈ ਗੁਰੂ ਨਾਨਕ ਸਾਹਿਬ ਦਾ ਉਹ ਇਸ਼ਾਰਾ ਸਮਝਿਓ ਉਹ ਮਹਾਰਾ ਨੇ ਐਂਡ ਕੀਤਾ ਜੀ ਐਂਡ ਕੀਤਾ ਬਹੁਤ ਸਾਰੀਆਂ ਫੋਟੋਆਂ ਵਿੱਚ ਚਿੱਤਰਾਂ ਵਿੱਚ ਤਸਵੀਰਾਂ ਵਿੱਚ ਰੂਪਾਂ ਵਿੱਚ ਉਹ ਇਸੇ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਇੱਕ ਨਾਲ ਜੁੜੇ ਵਾਹਿਗੁਰੂ ਨਾਲ ਜੁੜੇ ਜਿਨ ਸਤਕਾਰ ਸਬਦਾ ਕਰੇ ਪਰ ਜਿੰਨਾ ਆਸੇ-ਪਾਸੇ ਚਾਕੇਗਾ ਉਹਨਾਂ ਹੀ ਉਹਦਾ ਸਮਾਂ ਬਰਬਾਦ ਹੋਏਗਾ ਗੁਰੂ ਸਾਹਿਬ ਕਹਿੰਦੇ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸੁਖਮਨੀ ਸਾਹਿਬ ਚ ਬਹੁਤ ਸਾਰੇ ਬਚਨ ਕਰਨ ਕ ਰਾਵਣ ਕਰਨੇ ਹਾਰ ਇੱਕੋ ਕਰਨ ਕ ਰਾਵਣ ਕਰਨੇ ਹਾਰ ਮਾਨਸ ਕਹਿ ਕਿਸ ਨਾਹੀ ਹਾਰ ਇਸ ਕਾ ਹੁਕਮ ਬੋਜ ਸੁਖ ਹੋਏ ਿਸਕਾ ਨਾਮ ਰਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਗਨ ਨਾ ਲਾਗਿਆ ਕੋਈ ਬਹੁਤ ਸਾਰੇ ਬਚਨ ਨੇ ਸੱਚੇ ਪਾਤਸ਼ਾਹ ਜੀ ਦੇ ਤੋਂ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ ਬਖਸ਼ਿਸ਼ ਕਰਨ ਆਵ ਹੁਣ ਆਪਾਂ ਗੁਰ ਮੰਤਰ ਦਾ ਜਾਪ ਕਰਕੇ ਫਿਰ ਖਿਮਾ ਮੰਗੀਏ ਐਨ ਲੱਕ ਸਿੱਧੇ ਕਰਕੇ ਸਾਵਧਾਨ ਹੋ ਕੇ ਗੱਜ ਕੇ ਸਾਰੇ ਕਹੋ ਜੀ ਵਾਹਿਗੁਰੂ Japa wa ਵਾਹਿਗੁਰੂ 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 ਗੁਰੂ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਨਾਮ ਜਪਣ ਦਾ ਸਬਾਬ ਬਣਾਉਣ ਇੱਕ ਪਰਮੇਸ਼ਰ ਨਾਲ ਜੁੜਨਾ ਕੋਈ ਆਪਣੇ ਵੱਡੇ-ਵਡੇਰੇ ਢਠੇਰੇ ਨੂੰ ਜੇ ਮੰਨਦਾ ਵੀ ਆ ਤੇ ਢਠੇਰਾ ਵੀ ਤੇ ਵੈਗੁਰੂ ਨੂੰ ਮੰਨਦਾ ਸੀ ਨਾ ਤੇ ਜੇ ਢਠੇਰੇ ਨੂੰ ਮੰਨਣਾ ਫਿਰ ਜਿਸ ਲੈਂਡ 'ਚ ਢਠੇਰਾ ਲੱਗਾ ਉਸੇ ਲੈਂਡ 'ਚ ਹੀ ਲੱਗਣਾ ਪੈਣਾ ਮਹਾਰਾਜ ਬਾਣੀ 'ਚ ਕਹਿੰਦੇ ਆ ਅਗਾਹਕੂ ਤਰਾਗ ਪਿਛਾਹ ਫੇਰ ਨਾ ਮੁਹੜੜਾ ਨਾਨਕ ਸਿੱਧ ਅਵੇਹਾ ਵਾਰ ਬਹਰ ਨ ਹੋਵੀ ਜਨਮੜਾ ਸਿੱਧਾ ਚੱਲ ਕਹਿੰਦੇ ਕੋਈ ਬੰਦਾ ਚੌਂਕ ਚ ਖਲੋਤਾ ਜੀ ਸਾਹਮਣੇ ਅਕਾਲ ਪੁਰਖ ਹੈ ਥੱਲੇ ਪਸ਼ੂ ਹੈ ਪਿਛਲੇ ਪਾਸੇ ਪਸ਼ੂ ਹੈ ਇੱਕ ਪਾਸੇ ਪੂਤ ਪ੍ਰੇਤ ਹੈ ਇੱਕ ਪਾਸੇ ਦੇਵੀ ਦੇਵਤੇ ਹੈ ਜਿਹੜਾ ਜਿਹੜੀ ਲੈਣ ਚ ਲੱਗੇਗਾ ਉਸੇ ਲੈਣ ਚ ਜਾਏਗਾ ਤੇ ਜਿਹੜਾ ਕਾਲਪੁਰਖ ਜੀ ਦੀ ਲੈਣ ਚ ਲੱਗੇਗਾ ਫਿਰ ਉਹ ਪੁਰਾ ਬਾਦ ਵਿੱਚ ਜਨਮ ਮਰਨ ਨਹੀਂ ਹੁੰਦਾ ਜੀ ਗੁਰੂ ਜੀ ਮਿਹਰ ਕਰਨ ਸ਼ੁਭ ਸਿੱਖਿਆ ਸਾਡੇ ਜੀਵਨ ਦਾ ਅੰਗ ਬਣੇ ਧੰਨ ਗੁਰੂ ਹਰ Rai ਸਾਹਿਬ ਜੀ ਉੱਥੇ ਹੀ ਵਾਪਸ ਪਹੁੰਚੇ ਹਨ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਗਏ ਸਨ ਅਗੋਂ ਕਥਾ ਕੱਲ ਨੂੰ ਸੁਣਾਵਾਂਗੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ